ਨਾਨਕ ਸਿੰਘ ਦਾ ਨੋਵਲ ਗੰਗਾ ਜਲੀ ਵਿੱਚ ਸ਼ਰਾਬ ਦਾ ਅੰਗ 29ਵਾਂ। ਖਰੇ ਅਤੇ ਖੋਟੇ ਸੋਨੇ ਦੀ ਅਸਲੀਅਤ ਉਦੋਂ ਹੀ ਉੱਗੜਦੀ ਹੈ ਜਦੋਂ ਉਹਨੂੰ ਅੱਗ 'ਚ ਪੈਣਾ ਪਵੇ। ਉਰਵਸ਼ੀ ਜਿਸ ਮਗਧੀ ਭੱਠੀ 'ਚ ਇਸ ਵੇਲੇ ਪਈ ਹੋਈ ਹੈ, ਇਹਦੇ ਸੇਕ ਨੂੰ ਸ਼ੁਰੂ ਵਿੱਚ ਤਾਂ ਉਹਦੇ ਦਿਲ ਨੂੰ ਡਾਵਾਂਡੋਲ ਕੀਤਾ। ਕਈ ਵਾਰ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਉਹ ਉਸੇ ਪ੍ਰਕਾਸ਼ ਦੀ ਸ਼ਰਨ ਲੈਣ ਨੂੰ ਤਿਆਰ ਹੋ ਪਈ ਸੀ, ਜਿਹਨੂੰ ਉਹ ਖੁਦ ਹੀ ਦੁਰਕਾਰ ਕੇ ਆਈ ਸੀ। ਪਰ ਜਿਉਂ ਜਿਉਂ ਸੇਕ ਵੱਧਦਾ ਗਿਆ, ਉਹਦੇ ਮਨ ਦੀ ਕਮਜ਼ੋਰੀ ਦੀ ਮੈਲ ਸੜਦੀ ਗਈ। ਅਖੀਰ ਉਰਵਸ਼ੀ ਰਹਿ ਗਈ 12 ਮੰਨੀ ਦਾ ਸੋਨਾ। ਉਰਵਸ਼ੀ ਦੀ ਆਤਮਾ ਬਲਵਾਨ ਹੁੰਦੀ ਚਲੀ ਗਈ। ਦੁਪਹਿਰ ਬੀਤੀ, ਰਾਤ ਬੀਤੀ, ਅਗਲਾ ਦਿਨ ਚੜ੍ਹਿਆ। ਉਸੇ ਤਰ੍ਹਾਂ ਜਿੱਕਣਾ ਜਦੋਂ ਪਹਿਲਾਂ ਇਹੋ ਜਿਹੇ ਦਿਨ ਅਤੇ ਰਾਤਾਂ ਬੀਤ ਚੁੱਕੀਆਂ ਸੀ। ਪਰ ਇਹਨਾਂ ਪਹਿਰਾਂ ਵਿੱਚ ਜਿੰਨੇ ਕੁ ਉਲਟ ਫੇਰ ਉਰਵਸ਼ੀ ਨੇ ਡਿੱਠੇ, ਉਹ ਖਿਆਲ ਕਰ ਰਹੀ ਸੀ ਜਿਵੇਂ ਉਹਦੀਆਂ ਕਈ ਲੰਮੀਆਂ ਉਮਰਾਂ ਇਸ ਥੋੜ੍ਹੇ ਜਿਹੇ ਸਮੇਂ 'ਚੋਂ ਲੰਘ ਗਈਆਂ। ਜਿਸ ਦਿਨ ਉਹ ਮਦਨ ਨਾਲ ਅੰਤਿਮ ਮੁਲਾਕਾਤ ਕਰਕੇ ਮੁੜੀ ਸੀ, ਉਹਨੂੰ ਜਾਪਿਆ ਸੀ ਜਿਵੇਂ ਦੁਨੀਆਂ 'ਚ ਉਹਦਾ ਸਭ ਕੁਝ ਖਤਮ ਹੋ ਗਿਆ। ਫਿਰ ਜਦ ਆਪਣੀ ਮਾਂ ਅਤੇ ਪ੍ਰਕਾਸ਼ ਦੇ ਸਣੇ ਉਹਨੇ ਮਸੂਰੀ ਦਾ ਸਫ਼ਰ ਸ਼ੁਰੂ ਕੀਤਾ, ਤਾਂ ਇਹ ਨਿਸ਼ਚਾ ਉਹਦੇ ਅੰਦਰ ਹੋਇਆ ਕਿ ਹੁਣ ਉਰਵਸ਼ੀ ਇਸ ਦੁਨੀਆਂ ਵਿੱਚ ਨਹੀਂ ਰਹੀ। ਜਿਉਂ ਹੀ ਉਸ ਪਹਾੜੀ ਦੀ ਚੱਟਾਨ ਉੱਤੇ ਆਪਣੇ ਆਪ ਨੂੰ ਉਸ ਨੇ ਪ੍ਰਕਾਸ਼ ਦੇ ਲਾਗੇ ਬੈਠੀ ਵੇਖਿਆ ਅਤੇ ਉਹਦੇ ਪਿਆਰ ਦੇ ਝੂਠੇ ਦਾਈਏ ਸੁਣੇ, ਤਾਂ ਜਿਵੇਂ ਉਹਦੇ ਅੰਦਰੋਂ ਕੋਈ ਨਵੀਂ ਉਰਵਸ਼ੀ ਜਾਗ ਉੱਠੀ। ਕੀ ਉਰਵਸ਼ੀ ਨਹੀਂ ਸੀ ਜਾਣਦੀ ਕਿ ਜੋ ਕੁਝ ਉਸ ਵੇਲੇ ਉਹ ਪ੍ਰਕਾਸ਼ ਦੇ ਸਾਹਮਣੇ ਕਹਿ ਕੇ ਚੱਲੀ ਆਈ ਸੀ, ਉਹਦਾ ਨਤੀਜਾ ਕੀ ਹੋਏਗਾ? ਪ੍ਰਭੂ ਦੇਵੀ ਇਹਨੂੰ ਸੁਣ ਸੁਣ ਕੇ ਕੀ ਕਰ ਗੁਜ਼ਰੇਗੀ? ਪਰ ਅਸਲ ਵਿੱਚ ਗੱਲ ਤਾਂ ਇਹ ਸੀ ਕਿ ਉਹਦੇ ਅੰਦਰੋਂ ਉਸ ਵੇਲੇ ਉਹ ਉਰਵਸ਼ੀ ਬੋਲੀ ਸੀ ਜਿਹੜੀ ਜੁਗਾਂ ਤੋਂ ਜ਼ਬਾਨ ਬੰਦੀ ਦੀ ਹਾਲਤ ਵਿੱਚ ਉਹਦੇ ਅੰਦਰ ਚਲੀ ਆ ਰਹੀ ਸੀ। ਪ੍ਰਕਾਸ਼ ਪਾਸੋਂ ਨਿਖੜ ਕੇ ਉਰਵਸ਼ੀ ਸਿੱਧੀ ਆਪਣੀ ਮਾਂ ਕੋਲ ਨਹੀਂ ਸੀ ਗਈ। ਕੋਠੀ ਤੋਂ ਦਰਾਡੀ ਉੱਤਰ ਖੜੋਤੀ ਅਤੇ ਖੜੋਤੀ ਰਹੀ। ਕਿੰਨਾ ਚਿਰ ਸ਼ਾਇਦ ਉਸ ਵੇਲੇ ਉਹਦੇ ਅੰਦਰ ਦੇ ਉਰਵਸ਼ੀਆ ਆਪੋ ਵਿੱਚ ਲੜ ਰਹੀਆਂ ਸਨ। ਕੋਠੀ ਜਾਣ ਦੇ ਥਾਂ ਉਰਵਸ਼ੀ ਸੜਕੋਂ ਉਤਰ ਕੇ ਇੱਕ ਢਲਵਾਨ ਵੱਲ ਹੋ ਗਈ। ਇੱਕ ਅਜਿਹੀ ਥਾਂ ਜਾ ਬੈਠੀ ਜਿੱਥੇ ਉਹਨੂੰ ਕੋਈ ਬੰਦਾ ਨਹੀਂ ਸੀ ਨਜ਼ਰ ਆ ਰਿਹਾ। ਜੰਗਲੀ ਦਰਖਤਾਂ ਦੇ ਝਾੜੀਆਂ ਦਾ ਉਹਦੇ ਆਲੇ ਦੁਆਲੇ ਮਜ਼ਬੂਤ ਪਹਿਰਾ ਸੀ। ਕੇਵਲ ਉਰਵਸ਼ੀ ਹੀ ਉਰਵਸ਼ੀ ਨੂੰ ਵੇਖ ਰਹੀ ਸੀ ਉਸ ਵੇਲੇ। ਕਿੰਨਾ ਚਿਰ ਉਹ ਆਪਣੇ ਆਪ ਨਾਲ ਉਲਝੀ ਰਹੀ। ਉਹਨੂੰ ਕੋਈ ਖਬਰ ਨਹੀਂ ਸੀ। ਝੱਖੜ ਦੇ ਝੌਂਕਿਆਂ ਨੇ ਉਹਨੂੰ ਝੰਝੋੜਿਆ, ਬੱਦਲਾਂ ਦੀ ਗਰਜ ਨੇ ਉਹਨੂੰ ਟੁੰਬਿਆ, ਬਿਜਲੀ ਦੀ ਕੜਕ ਨੇ ਉਹਨੂੰ ਡਰਾਇਆ, ਅਤੇ ਅਖੀਰ ਮੀਂਹ ਦੀ ਵਾਛੜ ਨੇ ਉਹਨੂੰ ਭਵਿੱਖ ਖਤਰਿਆਂ ਤੋਂ ਖਬਰਦਾਰ ਕੀਤਾ। ਅਤੇ ਜਦੋਂ ਮੀਂਹ ਰੁਕ ਗਿਆ, ਤਾਰੇ ਚੜ੍ਹ ਪਏ, ਜਦੋਂ ਤਰਦੀ ਹੋਈ ਕੋਠੀ ਵੱਲ ਤੁਰ ਪਈ ਤਾਂ ਤਾਂ ਮਨ ਅੰਦਰਲੀਆਂ ਕਮਜ਼ੋਰੀਆਂ ਉਹਦੇ ਮਗਰ ਮਗਰ ਭੱਜੀਆਂ ਆ ਰਹੀਆਂ ਸੀ, ਅਤੇ ਸੱਚਾਈ ਹੱਥ ਵਿੱਚ ਮਸ਼ਾਲ ਫੜੀ ਅੱਗੇ ਅੱਗੇ ਤੁਰਦੀ ਹੋਈ ਆ ਰਹੀ ਸੀ। ਤਦ ਮਾਂ ਦੇ ਸਾਹਮਣੇ ਪਹੁੰਚਦਿਆਂ ਉਰਵਸ਼ੀ ਨੇ ਸੰਖੇਪ 'ਚ ਉਹਨੂੰ ਦੱਸ ਦਿੱਤਾ ਸੀ ਕਿ ਉਹ ਅੱਜ ਕੀ ਕਰਕੇ ਆ ਰਹੀ ਹੈ, ਅਤੇ ਪ੍ਰਭਾ ਦੇਵੀ ਉੱਤੇ ਇਸੇ ਦਾ ਪ੍ਰਤੀਕਰਮ ਅਸੀਂ ਵੇਖ ਰਹੇ ਹਾਂ। ਪਾਗਲਪੁਣਾ ਜਿਹੜਾ ਅੱਜ ਤੋਂ ਨਹੀਂ, ਇੱਕ ਲੰਮੇ ਸਮੇਂ ਤੋਂ ਪ੍ਰਭਾ ਦੇਵੀ ਦੇ ਅੰਦਰ ਦੀ ਕਿਸੇ ਨੁੱਕਰੇ ਦੁਬਕਿਆ ਬੈਠਾ ਸੀ, ਜਿਹੜਾ ਕਦੇ ਕਦਾਈ ਮੌਕਾ ਪਾ ਕੇ ਆਪਣੀ ਭਿਆਨਕ ਸ਼ਕਲ ਪ੍ਰਭਾ ਦੇਵੀ ਨੂੰ ਵਿਖਾਲਦਾ ਹੀ ਰਹਿੰਦਾ ਸੀ। ਉਰਵਸ਼ੀ ਦੇ ਮੂੰਹ ਕੇਵਲ ਥੋੜ੍ਹੇ ਜਿੰਨੇ ਵਾਕਾਂ ਦਾ ਨਿਕਲਣਾ ਸੀ ਕਿ ਉਹ ਨੰਗਾ ਅਤੇ ਬੇਲਗਾਮ ਹੋ ਕੇ ਉਹਦੇ ਅੰਦਰ ਪ੍ਰਗਟ ਹੋ ਗਿਆ। ਪ੍ਰਭਾ ਦੇਵੀ ਪਾਗਲ ਹੋ ਗਈ। ਹੋਸ਼ ਹਵਾਸ ਉਹਨੇ ਜਵਾਬ ਦੇ ਦਿੱਤੇ। ਉਰਵਸ਼ੀ ਲਈ ਇਹ ਸਾਕਾ ਕੋਈ ਅਣਜਾਣਾ ਨਹੀਂ ਸੀ। ਇਹੋ ਜਿਹੀਆਂ ਸਹਿ ਕਸਕ ਦਾ ਵੀ ਕਦੇ ਉਹਨੂੰ ਸਾਹਮਣਾ ਕਰਨਾ ਹੋਏਗਾ, ਇਹ ਉਹਨੂੰ ਪਹਿਲਾਂ ਤੋਂ ਹੀ ਭਾਸਦਾ ਸੀ। ਪਰ ਇਹ ਸਭ ਕੁਝ ਜਾਣਦੀ ਹੋਈ ਵੀ, ਮਾਂ ਦੇ ਮੋਹ ਵਿੱਚ ਡੁੱਬੀ ਹੋਈ ਹੋਣ 'ਤੇ ਵੀ, ਉਰਵਸ਼ੀ ਇਹ ਸਭ ਕੁਝ ਕਰ ਗੁਜ਼ਰੀ। ਆਖਰ ਪਹਿਲੀ ਰਾਤ ਵੀ ਉਰਵਸ਼ੀ ਨੇ ਮਾਂ ਦੀ ਸਰਹੰਦੀ ਬੈਠ ਕੇ ਜਾਗਦਿਆਂ ਗੁਜ਼ਾਰਤੀ। ਇਸ ਤੋਂ ਬਾਅਦ ਇਹ ਦੂਸਰੀ ਵੀ, ਪਰ ਇਹਨਾਂ ਦੋਹਾਂ ਰਾਤਾਂ 'ਚ ਇੱਕ ਫਰਕ ਸੀ, ਜ਼ਮੀਨ ਅਸਮਾਨ ਜਿੰਨਾ ਫਰਕ। ਪਹਿਲੀ ਰਾਤੀ ਉਰਵਸ਼ੀ ਮੌਤ ਦਾ ਬੂਹਾ ਖੜਕਾਉਂਦੀ ਰਹੀ ਸੀ, ਦੂਜੀ ਰਾਤੀ ਜ਼ਿੰਦਗੀ ਦਾ। ਅਤੇ ਜਦ ਦਿਨ ਚੜ੍ਹਿਆ ਤਾਂ ਉਰਵਸ਼ੀ ਦੇ ਅਹਿਸਾਸਾਂ ਵਿੱਚ ਇੱਕ ਨਵੀਂ ਤਾਕਤ ਸੀ। ਜ਼ਿੰਦਗੀ ਉਹਦੀਆਂ ਅੱਖਾਂ ਅੱਗੇ ਚਮਕ ਰਹੀ ਸੀ, ਮੌਤ ਉਹ ਤੋਂ ਦੂਰ ਪਿੱਛੇ ਰਹਿ ਗਈ ਸੀ। ਉਹਨੂੰ ਜਦ ਚੌਕੀਦਾਰ ਪਾਸੋਂ ਪਤਾ ਲੱਗਾ ਕਿ ਪ੍ਰਕਾਸ਼ ਗ੍ਰਿਫਤਾਰ ਹੋ ਚੁੱਕਾ ਹੈ, ਤਾਂ ਉਹਦੇ ਦਿਲ ਨੂੰ ਖੁਸ਼ੀ ਤੋਂ ਛੁੱਟ ਤਸੱਲੀ ਵੀ ਹੋਈ ਕਿ ਪਾਪੀ ਨੂੰ ਆਖਰ ਉਹਦੇ ਪਾਪ ਨੇ ਮੂੰਹ ਭਰਨੇ ਡੇਗ ਹੀ ਦਿੱਤਾ। ਉੱਤੋਂ ਥੋੜ੍ਹਾ ਚਿਰ ਬਾਅਦ ਪੁਲਿਸ ਦਾ ਇੱਕ ਇੰਸਪੈਕਟਰ ਅਤੇ 2-3 ਸਿਪਾਹੀ, ਉਹਨਾਂ ਦੀ ਛੋਟੀ ਜਿਹੀ ਪਾਰਟੀ ਉਹਦੇ ਸਾਹਮਣੇ ਆ ਮੌਜੂਦ ਹੋਈ ਉਹਦਾ ਬਿਆਨ ਲਿਖਣ ਲਈ। ਉਰਵਸ਼ੀ ਨੇ ਜਿੰਨਾ ਕੁਝ ਵੀ ਉਹ ਪ੍ਰਕਾਸ਼ ਬਾਬਤ ਜਾਣਦੀ ਸੀ ਜਾਂ ਜਿਸ ਤਰ੍ਹਾਂ ਦਾ ਪ੍ਰਕਾਸ਼ ਨਾਲ ਉਹਦਾ ਵਾਹ ਪਿਆ ਸੀ, ਇਹਨੇ ਬਿਨ ਪੁਲਿਸ ਦੇ ਸਾਹਮਣੇ ਲਿਖਾ ਦਿੱਤਾ। ਬਿਆਨ ਲਿਖਣ ਤੋਂ ਬਾਅਦ ਪੁਲਿਸ ਚਲੀ ਗਈ ਅਤੇ ਇੰਸਪੈਕਟਰ ਜਾਂਦਾ ਹੋਇਆ ਉਹਨੂੰ ਕਿਹਾ ਗਿਆ ਕਿ ਅਦਾਲਤ ਨੂੰ ਉਹਦੀ ਸ਼ਹਾਦਤ ਦੀ ਲੋੜ ਹੋਏਗੀ ਅਤੇ ਉਸਦੇ ਨਾਮ ਸਮਨ ਜਾਰੀ ਕੀਤੇ ਜਾਣਗੇ।
ਉਧਰ ਪ੍ਰਭਾ ਦੇਵੀ ਕੱਲ੍ਹ ਤੋਂ ਮੰਜੇ ਨਾਲ ਜਕੜੀ ਹੋਈ ਸਾਰੀ ਰਾਤ ਉਰਵਸ਼ੀ ਅੱਗੇ ਵਾਸਤੇ ਪਾਉਂਦੀ ਰਹੀ, ਪਰ ਇੱਕ ਵਾਰ ਵੀ ਉਰਵਸ਼ੀ ਨੇ ਰੱਸੀਆਂ ਦੀਆਂ ਗੰਢਾਂ ਢਿੱਲੀਆਂ ਨਹੀਂ ਕੀਤੀਆਂ। ਇਸ ਹਾਲਤ 'ਚ ਉਹਨੂੰ ਨੀਂਦਰ ਕਿਵੇਂ ਆ ਸਕਦੀ ਸੀ? ਉਰਵਸ਼ੀ ਨੇ ਬੜਾ ਯਤਨ ਕੀਤਾ ਕਿ ਪ੍ਰਭਾ ਦੇਵੀ ਕੁਝ ਖਾਵੇ ਪੀਵੇ, ਪਰ ਵਿਅਰਥ। ਆਪਣੇ ਆਪ ਨੂੰ ਝੰਜੋੜ ਝੰਜੋੜ ਕੇ ਪ੍ਰਭਾ ਦੇਵੀ ਨੇ ਸਰੀਰ ਦੇ ਬੱਝੇ ਹੋਏ ਅੰਗਾਂ ਨੂੰ ਕਈਆਂ ਥਾਵਾਂ ਤੋਂ ਜ਼ਖਮੀ ਕਰ ਲਿਆ ਸੀ। ਰਾਤ ਦੋਹਾਂ ਮਾਵਾਂ ਧੀਆਂ ਅਤੇ ਤੀਜੇ ਉਹਦੇ ਚੌਕੀਦਾਰ ਨੇ ਇਸੇ ਹਾਲਤ 'ਚ ਗੁਜ਼ਾਰੀ। ਦਿਨ ਚੜ੍ਹਦਿਆਂ ਜਦ ਉਰਵਸ਼ੀ ਨੇ ਮਾਂ ਦੀ ਹਾਲਤ ਅੱਧ ਦਰਜੇ ਦੀ ਤਰਸਯੋਗ ਵੇਖੀ, ਨਾਲ ਹੀ ਉਹਦੀਆਂ ਗੱਲਾਂ ਅਤੇ ਹਰਕਤਾਂ ਵਿੱਚ ਕੁਝ ਠਰਮਾ ਅਨੁਭਵ ਕੀਤਾ, ਤਾਂ ਮਾਤਰੀ ਮੂੰਹ ਦੇ ਗਲਬੇ ਨੇ ਉਹਦੀ ਸਿਆਣਪ ਨੂੰ ਜਿੱਤ ਲਿਆ। ਉਹਨੇ ਫੈਸਲਾ ਕਰ ਲਿਆ ਕਿ ਭਾਵੇਂ ਕੁਝ ਵੀ ਹੋ ਜਾਏ, ਮਾਂ ਨੂੰ ਇਸ ਹਾਲਤ 'ਚ ਨਹੀਂ ਦੇਖ ਸਕਦੀ। ਜਦ ਤਰਲੇ ਕਰਦਿਆਂ ਕਰਦਿਆਂ ਪ੍ਰਭਾ ਦੇਵੀ ਨੇ ਰੋਣਾ ਹੀ ਸ਼ੁਰੂ ਕਰਤਾ, ਤਾਂ ਉਰਵਸ਼ੀ ਨੇ ਉਹਦੇ ਦੁਆਲਿਓਂ ਰੱਸੀਆਂ ਖੋਲ੍ਹ ਦਿੱਤੀਆਂ। ਪ੍ਰਭਾ ਦੇਵੀ ਦੇ ਬੱਧੇ ਹੋਏ ਅੰਗਾਂ ਉੱਤੇ ਬਹੁਤ ਸਾਰੀ ਸੋਜ ਅਤੇ ਲਾਲੀ ਆ ਗਈ ਸੀ, ਕਿਤੋਂ ਕਿਤੋਂ ਲਹੂ ਵੀ ਨਿਕਲ ਗਿਆ ਸੀ। ਉਰਵਸ਼ੀ ਦਾ ਖਤਰਾ ਬੇਅਰਥ ਸਾਬਤ ਹੋਇਆ। ਖੁੱਲ੍ਹਣ ਤੋਂ ਬਾਅਦ ਪ੍ਰਭਾ ਦੇਵੀ ਨੇ ਕੋਈ ਅਯੋਗ ਹਰਕਤ ਨਹੀਂ ਕੀਤੀ, ਕੇਵਲ ਉਹਦੀਆਂ ਅੱਖਾਂ ਕੁਝ ਜ਼ਿਆਦਾ ਡਰਾਉਣੀਆਂ ਹੋ ਗਈਆਂ, ਜਿਨ੍ਹਾਂ 'ਚੋਂ ਪਹਿਚਾਨਣ ਸ਼ਕਤੀ ਪੈਰੋਂ ਪੈਰ ਘਟਦੀ ਜਾ ਰਹੀ ਸੀ। ਖੁੱਲ੍ਹਣ ਤੋਂ ਬਾਅਦ ਲਗਾਤਾਰ 2-3 ਘੰਟੇ ਜਦ ਪ੍ਰਭਾ ਦੇਵੀ ਨੇ ਕੋਈ ਗੜਬੜ ਨਾ ਕੀਤੀ, ਤਾਂ ਉਰਵਸ਼ੀ ਨੂੰ ਉਹਦਾ ਬੰਨਣਾ ਜਾਂ ਉਸ ਉੱਤੇ ਪੈਰਾਂ ਰੱਖਣਾ ਬੇਲੋੜਾ ਜਾਪਿਆ। ਉਹਦੇ ਦਿਲ ਨੂੰ ਕੁਝ ਧੀਰਜ ਜ਼ਰੂਰ ਹੋਇਆ, ਪਰ ਪਰਸੋਂ ਤੋਂ ਲੈ ਕੇ ਹੁਣ ਤੀਕ ਉੱਪਰੋਂ ਥੱਲੇ ਜਿਹੜੀਆਂ ਹਾਲਤਾਂ ਉਸ ਨਾਲ ਵਾਪਰਦੀਆਂ ਰਹੀਆਂ, ਇਹਨਾਂ ਦੇ ਅਸਰ ਨੇ ਅਤੇ ਕੁਝ ਉਨੀਂਦੇ ਨੇ ਉਹਦੇ ਅੰਦਰ ਸ਼ਿਥਲਤਾ ਭਰਤੀ। ਦੁਪਹਿਰਾਂ ਹੋ ਗਈਆਂ, ਭਾਂ ਭਾਂ ਕਰਦੀ ਕੋਠੀ 'ਚ ਉਹ ਮਾਂ ਨੂੰ ਸੰਭਾਲੀ ਬੈਠੀ ਸੀ। ਕੇਵਲ ਚੌਕੀਦਾਰ ਦਾ ਆਸਰਾ ਮਾਤਰ ਮੌਜੂਦ ਸੀ, ਸੋ ਇਸੇ ਨੂੰ ਉਰਵਸ਼ੀ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਸਮਝ ਕੇ ਸੰਤੋਖ ਕਰ ਬੈਠੀ। ਚੌਕੀਦਾਰ ਰੋਟੀ ਪਕਾਉਣ ਖਾਣ ਲਈ ਆਪਣੀ ਕੋਠੜੀ 'ਚ ਚਲਾ ਗਿਆ ਸੀ ਅਤੇ ਉਰਵਸ਼ੀ ਪ੍ਰਭਾ ਦੇਵੀ ਦੀਆਂ ਬੰਦ ਅੱਖਾਂ ਉੱਤੇ ਨੀਚ ਲਾਈ ਬੈਠੀ ਸੀ, ਜਿਹੜੀਆਂ ਕਾਫ਼ੀ ਡੂੰਘੀਆਂ ਹੋ ਗਈਆਂ ਸੀ। ਅਤੇ ਉਹਨੇ ਜਦ ਮਾਂ ਨੂੰ ਗੂੜ੍ਹੀ ਨੀਂਦਰ ਵਿੱਚ ਵੇਖਿਆ, ਤਾਂ ਸਹਿਜ ਨਾਲ ਮੰਜੇ ਤੋਂ ਉੱਠ ਕੇ ਬਾਥਰੂਮ ਵੱਲ ਚਲੀ ਗਈ। ਮਾਂ ਨੂੰ ਇਕੱਲਿਆਂ ਛੱਡਣ 'ਚ ਉਹਨੂੰ ਕੋਈ ਖਤਰਾ ਨਹੀਂ ਜਾਪਿਆ। ਉਰਵਸ਼ੀ ਨੇ ਆਪਣੇ ਵੱਲੋਂ ਕਾਫ਼ੀ ਜਲਦੀ ਮੁੜਨ ਦੀ ਕੋਸ਼ਿਸ਼ ਕੀਤੀ, ਫਿਰ ਵੀ ਉਹਨੂੰ 15-20 ਮਿੰਟ ਲੱਗ ਹੀ ਗਏ। ਵਾਪਸ ਆ ਕੇ ਜਦ ਉਹ ਕਮਰੇ 'ਚ ਪਹੁੰਚੀ, ਉਹਦੀ ਚੀਕ ਨਿਕਲ ਗਈ। ਪ੍ਰਭਾ ਦੇਵੀ ਦਾ ਮੰਜਾ ਖਾਲੀ ਸੀ, ਉਹ ਕਿਤੇ ਵੀ ਨਜ਼ਰ ਨਹੀਂ ਸੀ ਆ ਰਹੀ। ਅੱਬੜਵਾਈ ਪਛਾਹ ਮੁੜੀ ਅਤੇ ਛੂਟ ਵੜ ਕੇ ਚੌਕੀਦਾਰ ਦੀ ਕੋਠੜੀ ਕੋਲ ਜਾ ਪਹੁੰਚੀ। ਚੌਕੀਦਾਰ ਆਉਣਾ ਜਲਦੀ, ਮਾਤਾ ਜੀ ਪਤਾ ਨਹੀਂ ਕਹਾਂ ਚਲੇ ਗਏ। ਚੌਕੀਦਾਰ ਰੋਟੀ ਤਵੇ 'ਤੇ ਛੱਡ ਕੇ ਨੱਸਿਆ ਆਇਆ। ਸਾਰੇ ਕਮਰੇ ਦੋਹਾਂ ਨੇ ਫੋਲ ਮਾਰੇ, ਪ੍ਰਭਾ ਦੇਵੀ ਦਾ ਕਿਤੇ ਪਤਾ ਨਹੀਂ ਸੀ। ਉਰਵਸ਼ੀ ਸਾਹ ਸਾਹ ਭੱਜ ਰਹੀ ਸੀ, ਉਹਦੇ ਕੰਨਾਂ ਵਿੱਚ ਆਵਾਜ਼ ਪਈ, ਉਰਵਸ਼ੀ ਨਹੀਂ ਉਰਵਸ਼ੀ ਤੂੰ ਕਿੱਥੇ ਜਾ ਰਹੀ ਹੈ? ਮੁੜਾ ਉਰਵਸ਼ੀ ਮੈਂ ਤੈਨੂੰ ਕੁਝ ਨਹੀਂ ਕਹਿੰਦੀ, ਆਵਾਜ਼ ਛੱਤ ਤੋਂ ਆ ਰਹੀ ਜਾਣ ਕੇ ਉਰਵਸ਼ੀ ਚੌਕੀਦਾਰ ਨੂੰ ਪੁਕਾਰਦੀ ਹੋਈ ਪੌੜੀਆਂ ਵੱਲ ਨੱਸੀ। ਚੌਕੀਦਾਰ ਵੀ ਉਹਦੇ ਮਗਰ ਮਗਰ ਸੀ। ਦੋਹਾਂ ਨੇ ਉੱਪਰ ਜਾ ਕੇ ਵੇਖਿਆ, ਸਲੇਟਾਂ ਦੀ ਢਲਵੀਂ ਛੱਤ ਉੱਤੇ ਤੁਰਦੀ ਹੋਈ ਪ੍ਰਭਾ ਦੇਵੀ ਇੱਕ ਪਾਸੇ ਵੱਲ ਬਾਹਾਂ ਪਸਾਰੀ ਪੁਕਾਰਦੀ ਚਲੀ ਜਾ ਰਹੀ ਸੀ, ਆ ਜਾ ਉਰਵਸ਼ੀ, ਮੈਨੂੰ ਛੱਡ ਕੇ ਨਾ ਜਾਈ, ਮੈਂ ਤੇਰੀ ਆਖੀ ਕਰਾਂਗੀ, ਤੂੰ ਇੱਕ ਵਾਰ ਮੁੜਾ। ਪੌੜੀਆਂ ਦੇ ਉਤਲੇ ਸਿਰੇ 'ਤੇ ਪਹੁੰਚ ਕੇ ਦੋਵੇਂ ਅਜੇ ਛੱਤ 'ਤੇ ਚੜ੍ਹਨ ਹੀ ਵਾਲੇ ਸੀ, ਉੱਧਰ ਪ੍ਰਭਾ ਦੇਵੀ ਦਾ ਜਿਉਂ ਪੈਰ ਥਿੜਕੇ ਆ ਕੇ ਢਾਲਵੀਂ ਛੱਤ ਤੋਂ ਭੋਟਣੀਆਂ ਖਾਂਦੀ ਦਾੜ ਕਰਦੀ ਹੇਠਾਂ ਚੜ੍ਹ ਗਈ। ਉਹ ਮਾਤਾ ਜੀ ਗਏ, ਕਹਿੰਦੀ ਉਰਵਸ਼ੀ ਚੌਕੀਦਾਰ ਸਮੇਤ ਹੇਠਾਂ ਵੱਲ ਨੱਸੀ। ਜਦੋਂ ਦੋਵੇਂ ਕੋਠੀ ਦੇ ਪਿਛਲੇ ਪਾਸੇ ਪਹੁੰਚੇ, ਪ੍ਰਭਾ ਦੇਵੀ ਲਹੂ ਵਿੱਚ ਲੱਥ ਪੱਥ ਉਹਨਾਂ ਵੇਖੀ। ਉਰਵਸ਼ੀ ਆਹ ਦਾ ਨਾਰਾ ਮਾਰ ਕੇ ਉਸ ਉੱਤੇ ਜਾ ਡਿੱਗੀ, ਪਰ ਚੌਕੀਦਾਰ ਵੇਸਲਾ ਨਹੀਂ ਸੀ। ਪ੍ਰਭਾ ਦੇਵੀ ਦੇ ਸਰੀਰ ਨੂੰ ਅੰਦਰ ਲਿਆਂਦਾ ਗਿਆ, ਡਾਕਟਰ ਸੱਦਿਆ ਗਿਆ। ਅਖੀਰਲਾ ਅੰਗ ਤੀਵਾਂ ਹੋਣੀ ਦੇ ਪੱਥੇ 'ਚ ਸ਼ਾਇਦ ਇਹ ਸਭ ਤੋਂ ਛੇਕੜਲਾ ਤੀਰ ਸੀ ਜਿਹੜਾ ਉਹਨੇ ਉਰਵਸ਼ੀ ਉੱਤੇ ਛੱਡਿਆ। ਜੈ ਇਉਂ ਕਹਿਣਾ ਚਾਹੀਦਾ ਕਿ ਉਰਵਸ਼ੀ ਦੇ ਇਮਤਿਹਾਨ ਦਾ ਇਹ ਛੇਕੜਲਾ ਪਰਚਾ ਸੀ। ਰਾਤ ਦਾ ਵੇਲਾ ਸੀ, ਥੋੜ੍ਹੀ ਦੇਰ ਹੋਈ ਸੀ ਡਾਕਟਰ ਨੂੰ ਇੱਥੋਂ ਗਿਆ। ਪ੍ਰਭਾ ਦੇਵੀ ਦਾ ਸਰੀਰ ਭੱਜਾ ਪਿਆ ਸੀ, ਪਰ ਉਹਦੇ ਸਵਾਸਾਂ ਦੀ ਪੂੰਜੀ ਅਜੇ ਨਹੀਂ ਸੀ ਮੁੱਕੀ। ਡਾਕਟਰ ਜਾਂਦਾ ਹੋਇਆ ਮਾਰਫੀਆ ਦਾ ਇੰਜੈਕਸ਼ਨ ਦੇ ਗਿਆ, ਤਾਂ ਜੋ ਪ੍ਰਭਾ ਦੇਵੀ ਨੂੰ ਜ਼ਖਮਾਂ ਦੀ ਪੀੜ ਕਰਕੇ ਸਾਰੀ ਰਾਤ ਤੜਫਣਾ ਨਾ ਪਵੇ, ਅਤੇ ਇੰਜੈਕਸ਼ਨ ਦੇ ਅਸਰ ਨੇ ਉਹਦੀਆਂ ਅੱਖਾਂ 'ਚ ਨੀਂਦਰ ਲਿਆਉਂਦੀ ਸੀ। ਚੌਕੀਦਾਰ ਵਿਚਾਰੇ ਨੇ ਸਵੇਰ ਤੋਂ ਰੋਟੀ ਨਹੀਂ ਖਾਧੀ ਸੀ, ਜਿਉਂ ਹੀ ਤਵੇ 'ਤੇ ਪਈ ਰੋਟੀ ਛੱਡ ਕੇ ਉਹ ਬਾਹਰ ਨਿਕਲਿਆ ਕਿ ਹੁਣ ਉਹਨੂੰ ਕੋਠੜੀ ਵੱਲ ਜਾਣ ਦੀ ਵਿਹਲ ਨਹੀਂ ਮਿਲੀ। ਉਰਵਸ਼ੀ ਦੇ ਘੜੀ ਮੁੜੀ ਕਹਿਣ 'ਤੇ ਜਦ ਉਹ ਜਾਣ ਲਈ ਉੱਠਿਆ, ਤਾਂ ਕਹਿਣ ਲੱਗਾ, ਘਬਰਾਣਾ ਨੇ ਬੀਬੀ ਜੀ, ਮੈਂ ਅੱਬੀ ਲੌਟ ਆਊਂਗਾ। ਚੌਕੀਦਾਰ ਨੂੰ ਗਿਆ ਅਜੇ 10 ਕੁ ਮਿੰਟ ਹੀ ਹੋਏ ਸੀ ਕਿ ਉਰਵਸ਼ੀ ਨੂੰ ਬਾਹਰੋਂ ਰਿਕਸ਼ਾ ਦੀ ਘੰਟੀ ਸੁਣਾਈ ਦਿੱਤੀ। ਸੁਣਦਿਆਂ ਉੱਠ ਕੇ ਬਾਹਰ ਗਈ। ਰਿਕਸ਼ਾ ਕੁਲੀਆਂ ਨੇ ਵਰਾਂਡੇ ਦੇ ਨਾਲ ਲਿਆ ਕੇ ਰਿਕਸ਼ਾ ਖੜ੍ਹਾ ਕੀਤਾ। ਮਦਨ ਜੀ ਤੁਸੀਂ ਆ ਗਏ, ਕਹਿੰਦੀ ਹੋਈ ਉਰਵਸ਼ੀ ਇਸ ਤਰ੍ਹਾਂ ਉਸ ਵੱਲ ਭੱਜੀ
ਜਿਵੇਂ ਜਾਂਦੇ ਹੀ ਉਹਦੀ ਗੱਲ ਨੂੰ ਲਿਪਟ ਜਾਏਗੀ, ਪਰ ਉਸ ਦੇ ਨਾਲ ਇੱਕ ਉੱਪਰੇ ਬਜ਼ੁਰਗ ਨੂੰ ਵੇਖ ਕੇ ਉਹ ਇਹੋ ਨਾ ਕਰ ਸਕੀ। ਮਦਰ ਨੇ ਉਤਰਨ ਤੋਂ ਬਾਅਦ ਬਿਰਧ ਨੂੰ ਹੱਥ ਫੜ ਕੇ ਉਤਾਰਿਆ ਅਤੇ ਜਦ ਕੁਲੀ ਨੇ ਅਸਬਾਬ ਵਰਾਂਡੇ 'ਚ ਰੱਖ ਦਿੱਤਾ ਤਾਂ ਕਿਰਾਇਆ ਦੇਣ ਤੋਂ ਬਾਅਦ ਇਹ ਉਰਵਿਸ਼ੀ ਦੇ ਮਗਰ ਮਗਰ ਤੁਰ ਪਏ। ਕਮਰੇ ਦੇ ਨੇੜੇ ਪਹੁੰਚ ਕੇ ਮਦਰ ਨੇ ਪੁੱਛਿਆ, ਕੀ ਗੱਲ ਸੀ ਉਰਵਿਸ਼ੀ? ਉਰਵਿਸ਼ੀ ਨੇ ਸੰਖੇਪ 'ਚ ਦੱਸ ਦਿੱਤਾ। ਇਸ ਤੋਂ ਬਾਅਦ ਤਿੰਨ ਕੁਰਸੀਆਂ ਮੰਜੇ ਦੇ ਨੇੜੇ ਕਰਕੇ ਤਿੰਨੇ ਬੈਠ ਗਏ। ਤਿੰਨਾਂ ਦੀ ਖਾਮੋਸ਼ ਨਜ਼ਰ ਰੋਕਣ 'ਤੇ ਪੱਟੀਆਂ 'ਚ ਬੰਨ੍ਹੇ ਹੋਏ ਸਰੀਰ ਉੱਤੇ ਚੋਖਾ 'ਚ ਟਿੱਕੀ ਰਹੀ। ਇਸ ਚੁੱਪ ਨੂੰ ਤੋੜਦਿਆਂ ਮਦਰ ਨੇ ਪੁੱਛਿਆ, ਡਿੱਗ ਕਿਸ ਤਰ੍ਹਾਂ ਪਏ, ਕਦੋਂ ਡਿੱਗੇ? ਉਰਵਿਸ਼ੀ ਦੋਹਾਂ ਵੱਲ ਸਾਂਝੀ ਨਜ਼ਰ ਨਾਲ ਤੱਕਦੀ ਹੋਈ ਬੋਲੀ, ਅੱਜ ਦੁਪਹਿਰੇ। ਅੱਜ ਦੁਪਹਿਰੇ? ਮਦਰ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ, ਪਰ ਤਾਰ ਤਾਂ ਤੂੰ ਸ਼ਾਇਦ ਇਹ ਤੋਂ ਪਹਿਲਾਂ ਦਿੱਤੀ ਸੀ। ਜਵਾਬ ਦੇਣੋਂ ਉਰਵਿਸ਼ੀ ਕੁਝ ਹਿਚਕਾਈ, ਨਾਲ ਦੇ ਸੱਜਣ ਬਾਬਤ ਇਹਨਾਂ ਤਾਂ ਵਸ਼ ਜਾਣ ਗਈ ਕਿ ਉਹੀ ਮਲਕ ਜੀ ਹੋਣਗੇ, ਪਰ ਆਪਣੇ ਭੇਤਾਂ ਨੂੰ ਇੰਨੀ ਜਲਦੀ ਕਿਸੇ ਤੀਸਰੇ ਦੇ ਸਾਹਮਣੇ ਖੋਲ੍ਹਣਾ ਨਹੀਂ ਸੀ ਚਾਹੁੰਦੀ। ਉਹਦੀ ਦੁਬਧਾ ਨੂੰ ਸਮਝ ਕੇ ਮਦਨ ਬੋਲਿਆ, ਮਲਕ ਜੀ ਸਾਡੇ ਲਈ ਉਪਰੇ ਨੇ ਉਰਵਿਸ਼ੀ। ਇਹਨਾਂ ਦੀਆਂ ਚਿੱਠੀਆਂ ਉਸ ਰਾਤ ਪੜ੍ਹ ਕੇ ਤੂੰ ਸਮਝ ਗਈ ਹੋਏਗੀ ਕਿ ਮੇਰੇ ਨਾਲ ਇਹਨਾਂ ਦੇ ਕਿਹੋ ਜਿਹੇ ਤਾਲੁਕਾਤ ਨੇ। ਕਹਿੰਦਿਆਂ ਮਦਰ ਨੇ ਮਲਕ ਹੋਰਾਂ ਵੱਲ ਤੱਕਿਆ। ਮਲਕ ਜੀ ਦੀ ਨਜ਼ਰ ਇਸ ਵੇਲੇ ਵਾਰੋ ਵਾਰੀ ਦੋਹਾਂ ਉੱਤੇ ਫਿਰ ਰਹੀ ਸੀ, ਕਦੇ ਪ੍ਰਭਾ ਦੇਵੀ ਅਤੇ ਕਦੇ ਉਰਵਿਸ਼ੀ 'ਤੇ। ਜਿਉਂ ਹੀ ਮਦਰ ਨੇ ਗੱਲ ਖਤਮ ਕੀਤੀ, ਉਰਵਿਸ਼ੀ ਵੱਲ ਤੱਕਦੇ ਹੋਏ ਬੋਲ ਉੱਠੇ, ਸੀਤਾ? ਉਰਵਿਸ਼ੀ ਤ੍ਰਭ ਕੇ ਖੜੀ ਹੋ ਗਈ, ਬਿਰਧ ਵੱਲੋਂ ਇੰਝ ਤੱਕਣ ਲੱਗੀ ਜਿਵੇਂ ਆਮੋ ਆਪਣੇ ਸਾਹਮਣੇ ਉਹ ਕਿਸੇ ਐਸੀ ਸ਼ਖਸੀਅਤ ਨੂੰ ਵੇਖ ਰਹੀ ਹੋਵੇ ਜਿਸ ਨਾਲ ਜਨਮਾਂ ਤੋਂ ਉਹਦੀ ਸਾਂਝ ਚੱਲੀ ਆ ਰਹੀ ਹੈ। ਮਲਕ ਜੀ ਦੀ ਭੁੱਲ ਸੁਧਾਰਨ ਦੇ ਖਿਆਲ ਨਾਲ ਮਦਰ ਬੋਲਿਆ, ਬੀਬੀ, ਬੀਬੀ ਦਾ ਨਾਂ ਸ਼ਾਇਦ ਤੁਹਾਨੂੰ ਭੁੱਲ ਗਿਆ, ਗੁਰਦੇਵ, ਮੈਂ ਇਸ ਦਾ ਨਾਂ ਉਰਵਿਸ਼ੀ ਦੱਸਿਆ ਸੀ। ਮਲਕ ਜੀ ਨੇ ਸਿਰ ਹਿਲਾ ਕੇ ਮਦਨ ਦੀ ਗੱਲ ਦਾ ਵਿਰੋਧ ਕੀਤਾ, ਪਰ ਬੋਲੇ ਕੁਝ ਨਹੀਂ। ਇਸ ਵੇਲੇ ਉਹਨਾਂ ਦੀਆਂ ਅੱਖਾਂ ਅਤੇ ਗਲਾ ਕਿਸੇ ਛਲਕ ਪੈਣ ਵਾਲੀ ਚੀਜ਼ ਨਾਲ ਭਰੇ ਸਨ। ਉਰਵਿਸ਼ੀ ਮਦਨ ਵੱਲ ਤੱਕ ਕੇ ਬੋਲੀ, ਮਦਨ ਜੀ ਇਹ ਗਲਤ ਨਹੀਂ ਕਹਿ ਰਹੇ, ਮੇਰਾ ਅਸਲੀ ਨਾਂ ਸੀਤਾ ਹੈ। ਅਤੇ ਫਿਰ ਉਹਨੇ ਮਲਕ ਹੋਰਾਂ ਵੱਲ ਪ੍ਰਸ਼ਨ ਭਰੀ ਨਜ਼ਰ ਨਾਲ ਤੱਕਿਆ, ਜਿਹਦਾ ਮਤਲਬ ਸਮਝ ਕੇ ਬੋਲੇ, ਹੈਰਾਨ ਨਾ ਹੋ ਬੇਟਾ, ਇਹ ਉਹੀ ਤੇਰਾ ਬਦਨਸੀਬ ਪਿਤਾ ਹੈ ਜਿਹਨੇ ਤੈਨੂੰ ਜੰਮਦੀ ਨੂੰ ਘਰੋਂ ਧੱਕਾ ਦਿੱਤਾ ਸੀ। ਅੱਜ ਮੈਂ ਤੇਰੇ ਕੋਲੋਂ ਅਤੇ ਤੇਰੀ ਮਾਂ ਕੋਲੋਂ ਮਾਫ਼ੀ ਮੰਗਣ ਆਇਆ ਸੀਤਾ। ਅਤੇ ਕਹਿੰਦਿਆਂ ਉਹਨੇ ਬਾਹਾਂ ਉਰਵਿਸ਼ੀ ਵੱਲ ਪਸਾਰ ਦਿੱਤੀਆਂ। ਪਿਤਾ ਜੀ, ਚਿੱਲਾਣ ਵਰਗੀ ਆਵਾਜ਼ 'ਚ ਪੁਕਾਰਦੀ ਹੋਈ ਉਰਵਿਸ਼ੀ ਉਹਦੀ ਹਿੱਕ ਨਾਲ ਜਾ ਲੱਗੀ। ਸੀਤਾ, ਬਿਰਧ ਦੇ ਹੋਠਾਂ ਉੱਤੇ ਅੱਥਰੂ ਕੰਬ ਰਹੇ ਸੀ, ਮੇਰੀ ਬੱਚੀ, ਮੇਰੀ ਸੀਤਾ, ਆਖਰ ਮੈਂ ਤੈਨੂੰ ਲੱਭ ਹੀ ਲਿਆ, 20 ਸਾਲਾਂ ਬਾਅਦ ਸੀਤਾ। ਉਰਵਿਸ਼ੀ ਡਡਿਆਈ, ਪਿਤਾ ਜੀ, ਤੁਸੀਂ ਕਦੀ 2 ਦਿਨ ਪਹਿਲਾਂ ਆ ਜਾਂਦੇ? ਕਹਿੰਦਿਆਂ ਉਰਵਿਸ਼ੀ ਨੇ ਡੁੱਬ ਡੁਬਾਈਆਂ ਅੱਖਾਂ ਨਾਲ ਮਾਂ ਵੱਲ ਤੱਕਿਆ, ਹੁਣ ਤਾਂ ਸ਼ਾਇਦ ਇਹ ਤੁਹਾਨੂੰ ਪਛਾਣ ਵੀ ਨਾ ਸਕਣ। ਮਾਤਾ ਜੀ ਉੱਤੇ ਮਾਲੀ ਖੋਲੀਏ ਦਾ ਅਟੈਕ ਹੋ ਗਿਆ ਸੀ, ਪਿਤਾ ਜੀ, ਉਸੇ ਹਾਲਤ 'ਚ ਇਹਨਾਂ ਦੁਪਹਿਰੇ ਛੱਤ ਤੋਂ ਛਾਲ ਮਾਰਤੀ। ਉਹ ਬਦਨਸੀਬ ਪ੍ਰਤਿਮਾ, ਬਿਰਧ ਨੇ ਆ ਭਰੀ, ਪ੍ਰਤਿਮਾ ਗਈ ਪ੍ਰਭਾ ਦੇਵੀ? ਮਦਰ ਨੇ ਫਿਰ ਹੈਰਾਨੀ ਭਰਿਆ ਪ੍ਰਸ਼ਨ ਕੀਤਾ, ਜਿਹਦੇ ਜਵਾਬ 'ਚ ਸੀਤਾ ਬੋਲੀ, ਠੀਕ ਜੀ ਕਹਿ ਰਹੇ ਨੇ ਮਦਨ ਜੀ, ਮਾਤਾ ਜੀ ਦਾ ਅਸਲੀ ਨਾਂ ਇਹ ਹੋਇਆ। ਮਦਨ ਅੱਖਾਂ ਟੱਡੀ ਇਸ ਦ੍ਰਿਸ਼ ਨੂੰ ਵੇਖ ਰਿਹਾ ਸੀ। ਸੀਤਾ ਆਪਣੇ ਪਿਤਾ ਦੀ ਵੱਖੀ ਨਾਲ ਲੱਗੀ ਹੋਈ ਅਤੇ ਉਹਦੀਆਂ ਕਮਜ਼ੋਰ ਅੱਖਾਂ 'ਤੇ ਅੱਥਰੂ ਪੂੰਝਦੀ ਹੋਈ ਕਿਸੇ ਅੱਤ ਹੌਲੇ ਰੌਣ 'ਚ ਕਹਿ ਰਹੀ ਸੀ, ਪਿਤਾ ਜੀ, ਤੁਸੀਂ ਅੰਤਰਜਾਮੀ ਨਿਕਲੇ, ਤੁਸੀਂ ਮੇਰੇ ਦਿਲ ਦੀ ਬੁੱਝ ਲਈ। ਕਦੀ ਕਦੀ ਮੇਰਾ ਦਿਲ ਕਹਿੰਦਾ ਸੀ ਕਿ ਮੈਂ ਜ਼ਰੂਰ ਇੱਕ ਵਾਰੀ ਪਿਤਾ ਜੀ ਨੂੰ ਵੇਖਾਂਗੀ। ਅਤੇ ਉਹਨੇ ਮਦਨ ਵੱਲ ਤੱਕ ਕੇ ਪੁੱਛਿਆ, ਕਿਉਂ ਮਦਨ ਜੀ, ਤੁਹਾਨੂੰ ਵੀ ਇੱਥੇ ਆ ਕੇ ਪਤਾ ਲੱਗਾ ਕਿ ਇਹ ਮੇਰੇ ਪਿਤਾ ਨੇ? ਮਦਨ ਬੋਲਿਆ, ਮੇਰੇ ਅੱਗੇ ਤਾਂ ਇਹਨਾਂ ਹੁਣ ਤੱਕ ਜ਼ਿਕਰ ਨਹੀਂ ਕੀਤਾ, ਅਲਬੱਤਾ ਇਹ ਤੇਰੀ ਉਸ ਫੋਟੋ ਨੂੰ ਜਦੋਂ ਘੜੀ ਮੁੜੀ ਤੱਕਦੇ ਸੀ ਤਾਂ ਮੈਨੂੰ ਕੁਝ ਭਰਮ ਪਿਆ ਸੀ। ਪਰ ਮਲਕ ਜੀ ਵਿੱਚੋਂ ਹੀ ਬੋਲੇ, ਬਹੁਤ ਕੁਛ ਤਾਂ ਮਦਨ ਦੇ ਮੂੰਹੋਂ ਤੁਹਾਡਾ ਦੋਹਾਂ ਮਾਵਾਂ ਧੀਆਂ ਦਾ ਹਾਲ ਸੁਣ ਕੇ ਮੈਂ ਸਮਝ ਗਿਆ ਸੀ, ਬਾਕੀ ਉਸ ਫੋਟੋ ਨੇ ਭਰਮ ਦੂਰ ਕਰ ਦਿੱਤਾ, ਜਿਹੜੀ ਹੂ ਬਹੂ ਪ੍ਰਤਿਮਾ ਹੀ ਮਾਲੂਮ ਹੁੰਦੀ ਸੀ। ਮਦਨ ਬੋਲਿਆ, ਪਰ ਗੁਰਦੇਵ, ਤੁਸੀਂ ਮੇਰੇ ਅੱਗੇ ਇਸ ਗੱਲ ਦਾ ਜ਼ਿਕਰ ਕਿਉਂ ਨਾ ਕੀਤਾ? ਇਸ ਕਰਕੇ ਕਿ ਮੈਨੂੰ ਸ਼ੱਕ ਸੀ ਮਤੇ ਮੈਂ ਭੁਲੇਖੇ 'ਚੋਂ ਹਾਂ। ਅੱਛਾ ਪਿਤਾ ਜੀ, ਸੀਤਾ ਨੂੰ ਜਿਵੇਂ ਕੋਈ ਜ਼ਰੂਰੀ ਗੱਲ ਚੇਤੇ ਆ ਗਈ, ਸਾਨੂੰ ਹੁਣ ਉਰਵਿਸ਼ੀ ਨੂੰ ਸੀਤਾ ਹੀ ਕਹਿਣਾ ਚਾਹੀਦਾ। ਉਹ ਬੋਲੀ, ਬਾਕੀ ਗੱਲਾਂ ਫਿਰ ਹੋ ਜਾਣਗੀਆਂ, ਪਹਿਲਾਂ ਮਾਤਾ ਜੀ ਦੇ ਜਿਉਂਦਿਆਂ ਤੁਸੀਂ ਇੱਕ ਕੰਮ ਜ਼ਰੂਰ ਕਰੋ। ਡਾਕਟਰ ਜਾਂਦਾ ਹੋਇਆ ਕਹਿ ਗਿਆ ਸੀ ਕਿ ਹੋ ਸਕਦਾ ਹੈ ਰਾਤ ਨਾ ਕੱਢ ਸਕਣ। ਕੀ ਬੇਟਾ? ਫਤਿਹ ਚੰਦ ਨੇ ਪੁੱਛਿਆ, ਇਹੋ ਸੀ ਉਹਦੇ ਅਸਲੀ ਨਾਂ। ਪਿਤਾ ਜੀ, ਸੀਤਾ ਦੀਆਂ ਅੱਖਾਂ ਪਿਆਰ ਅਤੇ ਤਰਸ ਨਾਲ ਛਲਕ ਰਹੀਆਂ ਸੀ। ਤੁਸੀਂ ਮਾਤਾ ਜੀ ਨੂੰ ਮਾਫ਼ ਕਰ ਦਿਓ ਚੰਗੇ ਪਿਤਾ ਜੀ, ਮੈਂ ਜਾਣਦੀ ਹਾਂ ਇਹਨਾਂ ਨੇ ਤੁਹਾਡੇ ਨਾਲ ਜੋ ਵਧੀਕੀ ਕੀਤੀ ਹੈ, ਫਿਰ ਵੀ ਮੇਰੀ ਖਾਤਰ ਇਹਨਾਂ ਦੇ ਜਿਉਂਦਿਆਂ ਜਿਉਂਦਿਆਂ ਬਖਸ਼ ਦਿਓ ਇਹਨਾਂ ਦੀਆਂ ਸਾਰੀਆਂ ਭੁੱਲਾਂ। ਸੀਤਾ, ਫਤਿਹ ਨੇ ਲੰਮਾ ਸਾਹ ਭਰ ਕੇ ਕਿਹਾ, ਤੂੰ ਤਾਂ ਭੁੱਲਦੀ ਹੈ ਬੇਟਾ, ਅਸਲੀਅਤ ਇਹ ਤੋਂ ਬਿਲਕੁਲ ਉਲਟ ਹੈ। ਮੇਰਾ ਇੱਥੇ ਆਉਣ ਦਾ ਇੱਕ ਮਤਲਬ ਇਹ ਵੀ ਸੀ ਕਿ ਮੈਂ ਇੱਕ ਵਾਰੀ ਪ੍ਰਤਿਮਾ ਕੋਲੋਂ ਆਪਣੀਆਂ ਭੁੱਲਾਂ ਬਖਸ਼ਾਉਣੀਆਂ ਚਾਹੁੰਦਾ ਸੀ। ਗੱਲ ਜਦ
ਚੱਲ ਪਈ ਹੈ ਤਾਂ ਹੁਣ ਜ਼ਰਾ ਵੇਰਵੇ ਨਾਲ ਹੀ ਦੱਸਣੀ ਪਏਗੀ। ਅਤੇ ਉਸ ਮਦਨ ਵੱਲ ਤੱਕਿਆ, ਮਦਨ ਤੂੰ ਵੀ ਧਿਆਨ ਨਾਲ ਸੁਣੀ, ਮੈਨੂੰ ਉਹ ਨਹਿਸ਼ ਘੜੀ ਕਦੀ ਨਹੀਂ ਭੁੱਲਣੀ ਜਦੋਂ ਮੈਂ ਪ੍ਰਤਿਮਾ ਨੂੰ ਜਿਹੜੀ ਜਣੇਪੇ ਤੋਂ ਅਜੇ ਉੱਠੀ ਸੀ ਘਰੋਂ ਬਾਹਰ ਕੱਢ ਦਿੱਤਾ। ਪਰ ਸੀਤਾ ਸੱਚ ਜਾਣੀ ਬੇਟਾ, ਇਸ 'ਚ ਉਹਨਾਂ ਮੇਰਾ ਕਸੂਰ ਨਹੀਂ ਸੀ ਜਿੰਨਾ ਮੇਰੇ ਇੱਕ ਬਦਮਾਸ਼ ਦੋਸਤ ਦਾ, ਜਿਹਨੇ ਮੈਨੂੰ ਸ਼ੁਰੂ ਤੋਂ ਹੀ ਐਸਾ ਉੱਲੂ ਬਣਾਇਆ ਕਿ ਅਖੀਰ ਤੱਕ ਮੈਂ ਉਲਟੇ ਹੀ ਰਾਹ ਪਿਆ ਰਿਹਾ ਅਤੇ ਛੇਕੜ ਪ੍ਰਤਿਮਾ ਨੂੰ ਗੁਆ ਬੈਠਾ, ਤੈਨੂੰ ਵੀ। ਪਰ ਪਿਤਾ ਜੀ, ਸੀਤਾ ਨੇ ਸਵਾਲ ਕੀਤਾ, ਮਾਤਾ ਜੀ ਤਾਂ ਦੱਸਦੇ ਸੀ ਕਿ ਤੁਸੀਂ ਇੱਕ ਬੜਾ ਭਾਰੀ ਇਲਜ਼ਾਮ ਲਾ ਕੇ ਉਹਨਾਂ ਨੂੰ ਘਰੋਂ ਕੱਢਿਆ ਸੀ, ਫਿਰ ਇਸ ਸੂਰਤ ਵਿੱਚ ਤੁਹਾਡਾ ਦਿਲ ਕੀਕਣ ਇਹਨਾਂ ਵੱਲੋਂ ਸਾਫ਼ ਹੋ ਗਿਆ? ਇਹ ਉਹ ਤਾਂ ਦੱਸਣ ਲੱਗਾ, ਫਤਿਹ ਚੰਦ ਜੀ ਬੋਲੇ, ਕੁਝ ਤਾਂ ਮੇਰੇ ਉਸ ਦੋਸਤ ਨੁਮਾ ਦੁਸ਼ਮਣ ਰਾਮ ਰਤਨ ਨੇ ਮੈਨੂੰ ਭੜਕਾ ਦਿੱਤਾ, ਕੁਝ ਇੱਕ ਚਿੱਠੀ ਮੇਰੇ ਹੱਥ ਆ ਗਈ ਜਿਸ 'ਚ ਪ੍ਰਤਿਮਾ ਦੇ ਇੱਕ ਪ੍ਰੇਮੀ ਨੇ ਉਦੇ ਸ਼ੰਕਰ ਨੇ ਇਹਨੂੰ ਮਿਲ ਜਾਣ ਲਈ ਲਿਖਿਆ ਸੀ। ਪ੍ਰਤਿਮਾ ਨੂੰ ਜਦ ਮੈਂ ਕੱਢਤਾ, ਕਾਫ਼ੀ ਚਿਰ ਬਾਅਦ ਇੱਕ ਦਿਨ ਉਹ ਟਰੰਕ ਵਿੱਚੋਂ ਮੈਨੂੰ ਦੋ ਚਿੱਠੀਆਂ ਮਿਲੀਆਂ ਜਿਹੜੀਆਂ ਉਸੇ ਉਦੇ ਸ਼ੰਕਰ ਵੱਲੋਂ ਪ੍ਰਤਿਮਾ ਦੇ ਨਾਂ ਸੀ। ਕਹਿੰਦਿਆਂ ਕਹਿੰਦਿਆਂ ਫਤਿਹ ਚੰਦ ਨੇ ਦੋ ਪੁਰਾਣੇ ਲਿਫਾਫੇ ਜੇਬ 'ਚੋਂ ਕੱਢ ਕੇ ਸੀਤਾ ਨੂੰ ਫੜਾ ਦਿੱਤੇ। ਉਹਨੇ ਆਪਣੀ ਕਹਾਣੀ ਜਾਰੀ ਰੱਖੀ। ਚਿੱਠੀਆਂ ਨੂੰ ਮੈਂ ਧਿਆਨ ਨਾਲ ਪੜ੍ਹਿਆ ਅਤੇ ਪੜ੍ਹਦੀਆਂ ਹੀ ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਜਿਸ ਉਦੇ ਸ਼ੰਕਰ ਦੇ ਲਹੂ ਦਾ ਮੈਂ ਪਿਆਸਾ ਬਣਿਆ ਸੀ, ਉਹ ਇਹਨਾਂ ਚਿੱਠੀਆਂ ਦੇ ਪੜ੍ਹਨ ਤੋਂ ਬਾਅਦ ਮੈਨੂੰ ਪੂਜਨੀਕ ਦੇਵਤਾ ਜਾਪਣ ਲੱਗ ਪਿਆ। ਇੱਧਰੇ ਅਸਲੀਅਤ ਮੇਰੇ ਉੱਤੇ ਖੁੱਲ੍ਹੀ, ਉੱਧਰ ਉਹਨਾਂ ਹੀ ਦਿਨਾਂ 'ਚ ਰਾਮ ਰਤਨ ਦੀ ਮੱਕਾਰੀ ਦਾ ਇੱਕ ਹੋਰ ਨਮੂਨਾ ਮੇਰੀਆਂ ਅੱਖਾਂ ਅੱਗੇ ਆ ਗਿਆ। ਸੀਤਾ ਤੇਰੇ ਨਾਨੇ ਬਾਊ ਗੰਗਾ ਰਾਮ ਨਾਲੋਂ ਨਾਲ ਪ੍ਰਤਿਮਾ ਦੇ ਰਿਸ਼ਤੇ ਦੀ ਮੇਰੀ ਗੱਲਬਾਤ ਉਸੇ ਰਾਮ ਰਤਨ ਨੇ ਕਰਾਈ ਸੀ। ਇਸ ਮਤਲਬ ਲਈ ਉਹਨੇ 500 ਰੁਪਏ ਉਹਨੂੰ ਦੇਣ ਲਈ ਮੇਰੇ ਕੋਲੋਂ ਲਏ ਸੀ, ਜਿਨ੍ਹਾਂ ਦੀ ਹਕੀਕਤ ਮਗਰੋਂ ਅਜੀਬ ਤਰੀਕੇ ਨਾਲ ਜ਼ਾਹਰ ਹੋ ਗਈ। 100-100 ਦੇ ਉਹਨਾਂ 5 ਨੋਟਾਂ 'ਚ ਇੱਕ ਨੋਟ ਸੀ ਜਿਸ ਉੱਤੇ ਮੇਰੇ ਅੰਗੂਠੇ ਅਤੇ 2 ਉਂਗਲਾਂ ਦੇ ਦਾਗ ਪਏ ਸੀ। ਕਦੀ ਇੱਕ ਵਕਤ ਸੀ ਜਦ ਕਿਸੇ ਅਸਾਮੀ ਪਾਸੋਂ ਨੋਟ ਮੈਂ ਰਿਸ਼ਵਤ ਦੇ ਤੌਰ 'ਤੇ ਲਿਆ ਸੀ। ਰੋਟੀ ਖਾਂਦਿਆਂ ਇੱਕ ਜ਼ਿਮੀਂਦਾਰ ਨੇ ਮੈਨੂੰ ਨੋਟ ਫੜਾਇਆ ਸੀ, ਜਿਸ ਕਰਕੇ ਮੇਰੀਆਂ ਉਂਗਲਾਂ ਨਾਲੋਂ ਸਬਜ਼ੀ ਦੇ ਦਾਗ ਉਸ ਉੱਤੇ ਲੱਗ ਗਏ। ਅਤੇ ਜਦ ਇੱਕ ਵਾਰੀ ਇਸੇ ਕੰਮ ਲਈ ਮੈਂ ਰਾਮ ਰਤਨ ਪਾਸੋਂ 100 ਰੁਪਏ ਮੰਗ ਭੇਜੇ, ਇਤਫਾਕ ਦੀ ਗੱਲ ਕਿ ਉਹੀ ਸਬਜ਼ੀ ਦੇ ਦਾਗਾਂ ਵਾਲਾ ਨੋਟ ਉਸ ਮੈਨੂੰ ਘੱਲ ਦਿੱਤਾ, ਜਿਹਨੂੰ ਵੇਖਦਿਆਂ ਮੈਂ ਪਛਾਣ ਲਿਆ ਅਤੇ ਮੈਨੂੰ ਸ਼ੱਕ ਪਿਆ ਅਤੇ ਮੈਂ ਰਾਮ ਰਤਨ ਵੱਲ ਭੱਜਾ ਗਿਆ। ਉਹ ਮੇਰੇ ਕੋਲੋਂ ਕਾਫ਼ੀ ਡਰਦਾ ਸੀ, ਮੇਰੇ ਪੁੱਛਣ 'ਤੇ ਪਹਿਲਾਂ ਤਾਂ ਮੁੱਕਰ ਗਿਆ, ਪਰ ਜਦ ਮੈਂ ਜ਼ਰਾ ਅੱਖਾਂ ਵਿਖਾਈਆਂ ਤਾਂ ਸਭ ਕੁਝ ਮੰਨ ਗਿਆ ਕਿ 500 ਰੁਪਏ ਉਹਨੇ ਨਾ ਕਿਸੇ ਨੂੰ ਦਿੱਤੇ ਅਤੇ ਨਾ ਕਿਸੇ ਨੇ ਉਹ ਤੋਂ ਮੰਗੇ ਹੀ ਸੀ, ਬਲਕਿ ਉਹਨੇ ਆਪ ਹਜ਼ਮ ਕਰ ਲਏ। ਮਦਨ ਅਤੇ ਸੀਤਾ ਬੜੀ ਉਤਸੁਕਤਾ ਨਾਲ ਇਸ ਰਾਮ ਕਹਾਣੀ ਨੂੰ ਸੁਣ ਰਹੇ ਸਨ। ਮਲਕ ਜੀ ਉਸੇ ਰੌਣ 'ਚ ਦੱਸੀ ਜਾ ਰਹੇ ਸਨ। ਡਾਢਾ ਹੀ ਦਿਲ ਟੁੱਟ ਗਿਆ ਮੇਰਾ, ਇੱਕ ਤਾਂ ਉਂਝੀ ਸਾਰੀ ਉਮਰ ਵੈਲਦਾਰੀਆਂ 'ਚ ਗੁਜ਼ਰੀ ਅਤੇ ਅਖੀਰ ਇਹ ਹਸ਼ਰ। ਦਿਲ ਕੀਤਾ ਕਿ ਕੁਝ ਖਾ ਡੁੱਬ ਮਰਾਂ, ਪਰ ਪਾਪੀ ਆਦਮੀ ਇਸ ਮਰਨ ਦੀ ਜ਼ਰੂਰਤ ਵੀ ਕਿੱਥੇ। ਛੇਕੜ ਇੱਕ ਇਸ ਬਦਨਸੀਬ ਪ੍ਰਤਿਮਾ ਦੀ ਤਲਾਸ਼ ਵਿੱਚ ਲਾਹੌਰ ਜਾ ਪਹੁੰਚਿਆ, ਪਰ ਉੱਥੋਂ ਜੋ ਕੁਝ ਪਤਾ ਲੱਗਾ ਉਹਨੇ ਮੇਰੀ ਰਹਿੰਦੀ ਖੁੰਦੀ ਮੱਤ ਵੀ ਮਾਰਤੀ। ਮੈਨੂੰ ਦੱਸਿਆ ਗਿਆ ਕਿ ਪ੍ਰਤਿਮਾ ਜਿਸ ਗੰਦੇ ਛੱਪੜ ਦੀ ਮੱਛੀ ਸੀ ਮੁੜ ਉਸੇ ਵਿੱਚ ਜਾ ਪਈ ਹੈ, ਯਾਨੀ ਕਿਸੇ ਚੁਬਾਰੇ 'ਚ ਜਾ ਬੈਠੀ ਹੈ। ਕਾਸ਼ ਜੇ ਕਦੀ ਮੈਨੂੰ ਪਤਾ ਹੁੰਦਾ, ਇਹ ਤੋਂ ਅੱਗੇ ਬਿਰਧ ਪਾਸੋਂ ਕੁਝ ਨਾ ਬੋਲਿਆ ਜਾ ਸਕੇ। ਅੱਛਾ ਫਿਰ ਪਿਤਾ ਜੀ, ਸੀਤਾ ਦੇ ਪੁੱਛਣ 'ਤੇ ਮਲਕ ਹੋਰੇ ਔਖੇ ਸੌਖੇ ਇੰਨਾ ਕੁ ਹੋਰ ਦੱਸਿਆ, ਫਿਰ ਕੀ ਹੋਣਾ ਸੀ ਬੱਚੀਏ? ਸਭਨਾਂ ਪਾਸਿਆਂ ਤੋਂ ਨਿਰਾਸ਼ ਹੋ ਕੇ ਘਰ ਮੁੜਿਆ, ਕੰਮਕਾਰ ਨੂੰ ਵੱਢਿਆ, ਰੂਹ ਨਾ ਕਰੇ। ਛੇਕੜੀ ਕੈਸਾ ਢੋ ਢੁੱਕ ਗਿਆ ਜਿਹਦਾ ਸਦਕਾ ਮੇਰੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ। ਪਹਿਲਾਂ ਤੋਂ ਹੀ ਮੈਂ ਇੱਕ ਚੰਗਾ ਉਰਦੂਦਾਨ ਸੀ ਅਤੇ ਮਜ਼ਬੂਨ ਨਵੇਸੀ 'ਚ ਚੰਗੀ ਮੁਹਾਰਤ ਸੀ। ਮੈਂ ਆਪਣੀ ਹੱਡਬੀਤੀ ਦੇ ਆਧਾਰ 'ਤੇ ਇੱਕ ਲੰਮੀ ਕਹਾਣੀ ਲਿਖੀ ਨਵਾਂ ਥਾਵਾਂ ਨੂੰ ਬਦਲ ਕੇ, ਅਤੇ ਫਿਰ ਉਹ ਕਹਾਣੀ ਇੱਕ ਉਰਦੂ ਰਸਾਲੇ 'ਚ ਭੇਜਤੀ ਜਿਹੜੀ ਕਈਆਂ ਕਿਸ਼ਤਾਂ 'ਚ ਛਪੀ। ਅਤੇ ਉਹਦੀ ਮਕਬੂਲੀਅਤ ਦਾ ਇਹ ਹਾਲ ਹੈ ਕਿ ਇਹ ਤੋਂ ਬਾਅਦ ਕਈਆਂ ਐਡੀਟਰਾਂ ਵੱਲੋਂ ਹੋਰ ਲਿਖਣ ਲਈ ਮੰਗਾਂ ਆਉਣ ਲੱਗ ਪਈਆਂ ਹਨ, ਜਿਹਦਾ ਨਤੀਜਾ ਹੋਇਆ ਕਿ ਥੋੜ੍ਹੇ ਚਿਰ ਬਾਅਦ ਮੈਂ ਚੰਗੇ ਮਜ਼ਬੂਨ ਨਵੀਸਾਂ ਵਿੱਚ ਗਿਣਿਆ ਜਾਣ ਲੱਗ ਪਿਆ। ਮੈਨੂੰ ਇਹ ਕੰਮ ਰਾਸ ਆਇਆ ਅਤੇ ਮੈਂ ਸਾਰੇ ਲਟਾਕੇ ਛੱਡ ਕੇ ਇਸ ਕੰਮ ਜੋਗਾ ਹੋ ਰਿਹਾ। ਰੋਜ਼ੀ ਕਮਾਉਣ ਦੇ ਖਿਆਲੋਂ ਨਹੀਂ, ਬਲਕਿ ਆਪਣੇ ਦੇਸ਼ ਅਤੇ ਸਮਾਜ ਦੀ ਕੁਝ ਟੁੱਟੀ ਫੁੱਟੀ ਸੇਵਾ ਕਰਨ ਦੀ ਰੀਝ ਨਾਲ। ਮੈਨੂੰ ਵਿਸ਼ਵਾਸ ਜਿਹਾ ਹੋਣ ਲੱਗਾ ਕਿ ਮੇਰੇ ਪਾਪਾਂ ਦਾ ਜੇ ਠੀਕ ਅਰਥਾਂ 'ਚ ਕੋਈ ਪ੍ਰਾਸ਼ਚਿਤ ਹੈ ਤਾਂ ਇਹੋ ਕਿ ਜਿਨ੍ਹਾਂ ਰਾਹਾਂ 'ਤੇ ਪੈ ਕੇ ਮੈਂ ਆਪਣੇ ਅਤੇ ਨਾਲੇ ਆਪਣੀ ਸਾਥਣ ਦੀ ਜ਼ਿੰਦਗੀ ਬਰਬਾਦ ਕੀਤੀ ਹੈ, ਉਹਨਾਂ ਰਾਹਾਂ 'ਤੇ ਪੈਣ ਵਾਲੇ ਹੋਰ ਲੋਕਾਂ ਨੂੰ ਮੋੜਨ ਬਚਾਉਣ ਦਾ ਉਪਰਾਲਾ ਕਰਾਂ। ਅਤੇ ਮੈਨੂੰ ਇਸ 'ਚ ਕਾਫ਼ੀ ਸਫਲਤਾ ਮਿਲੀ। ਥੋੜ੍ਹੀ ਦੇਰ ਤੀਕ ਕਮਰੇ 'ਚ ਚੁੱਪ ਛਾਈ ਰਹੀ, ਸਭਨਾਂ ਦਾ ਖਿਆਲ ਰੋਗਣ ਉੱਤੇ ਕੇਂਦਰਿਤ ਸੀ ਜਿਹਦੀ ਬੇਹੋਸ਼ੀ ਬਰਾਬਰ ਕਾਇਮ ਸੀ ਅਤੇ ਸਵਾਸ ਜਿਹਦੇ ਦੱਸ ਰਹੇ ਸੀ ਕਿ ਪੰਛੀ ਉਡਾਰੀ ਮਰਨ ਵਾਲਾ ਹੈ। ਰਾਤ ਕਾਫ਼ੀ ਲੰਮੀ ਸੀ, ਜਿਹੜੀ ਇੱਕ ਮਰਨਾਊ ਦੇ ਕੋਲ ਬੈਠਿਆਂ ਲਈ ਹੋਰ ਵੀ ਲੰਮੀ ਅਤੇ ਅਸਹਿ ਬਣ ਗਈ।
ਰੋਗਣ ਲਈ ਕਿਸੇ ਦਵਾ ਦਾਰੂ ਜਾਂ ਡਾਕਟਰ ਹਕੀਮ ਦਾ ਸਵਾਲ ਖਤਮ ਹੋ ਚੁੱਕਾ ਸੀ। ਉਹ ਪੈਰੋ ਪੈਰ ਮੁੱਕਦੀ ਜਾ ਰਹੀ ਸੀ। ਇਹਨਾਂ ਅੰਤ ਬੋਝਲ ਘੜੀਆਂ ਪਲਾਂ ਨੂੰ ਕੁਝ ਹੌਲੇ ਕਰਨ ਦੇ ਖਿਆਲੋਂ ਕਿਸੇ ਕਿਸੇ ਵੇਲੇ ਕੋਈ ਨਿੱਕੀ ਜਿਹੀ ਮੋਟੀ ਗੱਲ ਕੱਤ ਸ਼ੁਰੂ ਹੋ ਜਾਂਦੀ ਸੀ। ਪਿਤਾ ਜੀ, ਕਿਹੜੀ ਅਨੋਖੀ ਠੋਕਰ ਸੀ ਇਹ ਜਿਹੜੀ ਤੁਸੀਂ ਦੋਹਾਂ ਨੂੰ ਇੱਕੋ ਵੇਲੇ ਲੱਗੀ ਸੀ, ਪਰ ਉਹਦਾ ਅਸਰ ਕਿੰਝ ਤੁਸਾਂ ਦੋਹਾਂ ਉੱਤੇ ਇੱਕ ਦੂਜੇ ਦੇ ਉਲਟ ਹੋਇਆ। ਤੁਹਾਨੂੰ ਦੇਵਤਾ ਬਣਾ ਗਈ ਹੈ ਮਾਤਾ ਜੀ ਨੂੰ। ਅਤੇ ਇਹ ਤੋਂ ਅਗਲਾ ਵਾਕੰਸ਼ ਰਾਕਸ਼ਣੀ ਜਾਂ ਦੈਂਤਣੀ ਜਾਂ ਇੱਦਾਂ ਦਾ ਹੀ ਕੋਈ ਸ਼ਬਦ ਉਹਦੇ ਮੂੰਹੋਂ ਨਿਕਲਦਾ ਰੁਕ ਗਿਆ। ਜਵਾਬ 'ਚ ਕਿਸੇ ਨੇ ਕੁਝ ਨਹੀਂ ਕਿਹਾ। ਥੋੜ੍ਹੇ ਚਿਰ ਮੁੜ ਉਹੀ ਸੰਨਾਟਾ ਛਾਇਆ ਰਿਹਾ। ਛੇਓ ਅੱਖਾਂ ਫਿਰ ਰੁਕਣ ਉੱਤੇ ਜਾ ਟਿਕੀਆਂ। ਮਦਨ ਜੀ, ਜਿਵੇਂ ਸੀਤਾ ਨੂੰ ਕੁਝ ਯਾਦ ਹੋਇਆ। ਮੈਂ ਪ੍ਰਕਾਸ਼ ਨੂੰ ਖੁੱਲ੍ਹੇ ਤੌਰ 'ਤੇ ਨਾ ਕਰ ਦਿੱਤੀ ਹੈ। ਮਦਰ ਨੇ ਹੈਰਾਨੀ ਪ੍ਰਗਟ ਕੀਤੀ। ਤੇਰੀ ਮਾਤਾ ਜੀ ਉੱਤੇ ਦੌਰਾ ਉਸੇ ਕਰਕੇ ਪਿਆ ਸ਼ਾਇਦ। ਤੁਹਾਡਾ ਖਿਆਲ ਠੀਕ ਹੈ, ਪਰ ਇਹ ਤਾਂ ਇੱਕ ਦਿਨ ਹੋ ਕੇ ਹੀ ਰਹਿਣਾ ਸੀ। ਮੈਂ ਜਾਣਦੀ ਸੀ ਕਿ ਜਿਸ ਦਿਨ ਵੀ ਮੇਰਾ ਦਿਲ ਨੰਗਾ ਹੋ ਗਿਆ ਕੋਈ ਨਾ ਕੋਈ ਭਾਣਾ ਜ਼ਰੂਰ ਵਰਤੇਗਾ। ਪਰ ਕੀ ਕਰਦੀ, ਮੇਰਾ ਆਪਣਾ ਆਪ ਉਸ ਮੇਰਾ ਆਪਣੇ ਆਪ ਉੱਤੇ ਕੋਈ ਵੱਸ ਨਹੀਂ ਸੀ ਰਿਹਾ। ਸੀਤਾ, ਜੇ ਤੂੰ ਇਹੋ ਕੁਝ ਕਰਨਾ ਸੀ ਤਾਂ ਫਿਰ ਆਪਣੇ ਘਰ 'ਚ ਹੀ ਕਿਉਂ ਨਾ ਕੀਤਾ। ਉਸ ਵੇਲੇ ਮੇਰੇ ਬਰਦਾਸ਼ਤ ਦਾ ਪਿਆਲਾ ਭਰਦਾ ਚੁੱਕਾ ਸੀ, ਪਰ ਛਲਕਿਆ ਨਹੀਂ ਸੀ। ਫਿਰ ਇੱਥੇ ਆ ਕੇ ਕਿਸ ਤਰ੍ਹਾਂ ਫਰਕ ਪਿਆ? ਜਵਾਬ 'ਚ ਸੀਤਾ ਨੇ ਪਰਸੋਂ ਰਾਤ ਵਾਲਾ ਸਾਰਾ ਹਾਲ ਸੁਣਾ ਦਿੱਤਾ, ਨਾਲ ਹੀ ਕੋਇਟੇ ਵਾਲੇ ਡਾਕਟਰ ਦੀ ਗੱਲ ਵੀ ਦੱਸੀ। ਹੁਣ ਸੀਤਾ ਨੇ ਆਪਣੇ ਜੀਵਨ ਦੇ ਢੱਕੇ ਹੋਏ ਉਸ ਹਿੱਸੇ ਤੋਂ ਪਰਦਾ ਚੁੱਕਣਾ ਸੀ ਜਿਹਨੂੰ ਅੱਜ ਤੋਂ ਪਹਿਲਾਂ ਉਹਨੇ ਮਹਿਸੂਸ ਨਹੀਂ ਸੀ ਕੀਤਾ। ਉਹ ਬੋਲੀ, 15 ਸਾਲ ਦੀ ਉਮਰ ਤੱਕ ਮੈਨੂੰ ਮਾਤਾ ਜੀ ਦੇ ਭੇਦਾਂ ਦਾ ਪਤਾ ਨਹੀਂ ਸੀ ਲੱਗਾ। ਮੈਂ ਸਿਰਫ ਇੰਨਾ ਹੀ ਜਾਣਦੀ ਸੀ ਕਿ ਉਹ ਕਿਸੇ ਸਰਕਾਰੀ ਅਹੁਦੇਦਾਰ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਬੇਨਤੀ ਕਰਦੇ ਆ, ਦੀ ਨੌਕਰੀ ਕਰਦੇ ਆ। ਮਾਤਾ ਜੀ ਰੋਜ਼ ਸ਼ਾਮ ਨੂੰ ਚਲੇ ਜਾਂਦੇ, ਕਾਫੀ ਰਾਤ ਮੁੜ ਆਉਂਦੇ। ਉਹ ਖੂਬ ਬਣ ਸੰਵਰ ਕੇ ਆਪਣੀ ਡਿਊਟੀ 'ਤੇ ਜਾਂਦੇ ਸੀ। ਕਈ ਵਾਰੀ ਜਦ ਮੈਂ ਉਹਨਾਂ ਦੀ ਫੈਸ਼ਨ ਪ੍ਰਸਤੀ ਦਾ ਵਿਰੋਧ ਕਰਦੀ ਤਾਂ ਉਹ ਅੱਗੋਂ ਆਖਦੇ, ਕੀ ਕਰਾਂ, ਵੱਡੇ ਹੀ ਘਰਾਂ ਦੇ ਮੁਲਾਜ਼ਮਾਂ ਨੂੰ ਵੀ ਉਹਨਾਂ ਦੀ ਪੁਜ਼ੀਸ਼ਨ ਮੁਤਾਬਕ ਹੀ ਰਹਿਣਾ ਪੈਂਦਾ। ਜਦੋਂ ਮਾਤਾ ਜੀ ਜਾਂਦੇ ਤਾਂ ਮਕਾਨ ਨੂੰ ਬਾਹਰੋਂ ਚੰਦਰਾ ਲਾ ਜਾਂਦੇ। ਮਦਰ ਨੇ ਗੱਲ ਟੋਕੀ, ਇਹ ਕਿਉਂ ਸੀਤਾ, ਕਿ ਮਾਤਾ ਜੀ ਤੇਰੇ 'ਤੇ ਸ਼ੱਕ ਕਰਦੇ ਸੀ? ਸ਼ੱਕ ਸ਼ੁੱਕੂ ਕੁਛ ਨਹੀਂ, ਸਿਰਫ ਉਹਨਾਂ ਨੂੰ ਇੱਕ ਵਹਿਮ ਰਹਿੰਦਾ ਸੀ ਕਿ ਮਤੇ ਉਹਨਾਂ ਦੀ ਗੈਰ ਮੌਜੂਦਗੀ 'ਚ ਕੋਈ ਵਿੱਚੋਂ ਮੇਰੇ ਉੱਤੇ ਕੋਈ ਇਸ ਤਰ੍ਹਾਂ ਦਾ ਬਾਹਰਲਾ ਅਸਰ ਨਾ ਪੈ ਜਾਏ। ਹਰ ਤਰ੍ਹਾਂ ਦੇ ਅਸਰਾਂ ਤੋਂ ਮੈਨੂੰ ਬਚਾਈ ਰੱਖਣਾ ਚਾਹੁੰਦੇ ਸੀ। ਅੱਛਾ, ਫਿਰ? ਮਲਕ ਜੀ ਨੇ ਕਾਹਲੀ ਨਾਲ ਪੁੱਛਿਆ। ਇਸੇ ਕੈਦ ਦੇ ਬੰਦਿਸ਼ ਦੀ ਹਾਲਤ ਵਿੱਚ ਮੇਰੇ ਦਿਨ ਬੀਤਦੇ ਗਏ। ਮੈਂ ਨਾ ਕਦੀ ਮਾਤਾ ਜੀ ਦੇ ਉਸ ਮਾਲਕ ਨੂੰ ਵੇਖਿਆ ਅਤੇ ਨਾ ਉਹਦੇ ਬੱਚਿਆਂ ਨੂੰ। ਕਈ ਵਾਰੀ ਸਾਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਕੇ ਰਿਹਾਇਸ਼ ਬਦਲਣੀ ਪੈਂਦੀ, ਜਿਸ ਦਾ ਸਬੱਬ ਮਾਤਾ ਜੀ ਹਮੇਸ਼ਾ ਇਹੋ ਦੱਸਦੇ ਕਿ ਇਹਦੇ ਮਾਲਕ ਦੀ ਬਦਲੀ ਹੋ ਗਈ ਹੈ। ਅਖੀਰ ਇੱਕ ਦਿਨ ਸਾਰਾ ਭੇਦ ਮਾਤਾ ਜੀ ਨੇ ਮੇਰੇ ਅੱਗੇ ਖੋਲ੍ਹ ਦਿੱਤਾ, ਜਿਹਨੂੰ ਸੁਣ ਕੇ ਮੈਂ ਮਿੱਟੀ ਹੋ ਗਈ। ਉਹ ਕੀ ਸੀ? ਸੀਤਾ ਦਾ ਸਿਰ ਸ਼ਰਮ ਨਾਲ ਝੁੱਕ ਗਿਆ। ਉਹ ਬੋਲੀ, ਮੇਰੀ ਉਮਰ ਉੱਤੇ 15 ਵਰ੍ਹਿਆਂ ਦੀ ਹੋ ਚੁੱਕੀ ਸੀ। ਮਾਤਾ ਜੀ ਦੀ ਨਿਗਰਾਨੀ ਮੇਰੇ ਉੱਤੇ ਦਿਨੋਂ ਦਿਨ ਕਰੜੀ ਹੁੰਦੀ ਗਈ ਸੀ। ਉਦੋਂ ਅਸੀਂ ਲਾਹੌਰ ਦੀ ਇੱਕ ਗਲੀ ਵਿੱਚ ਰਹਿੰਦੇ ਸੀ ਅਤੇ ਸਾਡੇ ਨਾਲ ਦੇ ਕਮਰੇ 'ਚ ਕੁਝ ਦਿਨ ਤੋਂ ਇੱਕ ਕਿਰਾਏਦਾਰ ਆ ਕੇ ਰਿਹਾ ਸੀ, ਜਿਸ ਨਾਲ ਮਾਤਾ ਜੀ ਦਾ ਸੁਨੇਹ ਵੱਧ ਗਿਆ ਅਤੇ ਮਾਂ ਦੇ ਦਰਜੇ ਤੱਕ ਜਾ ਪਹੁੰਚਿਆ। ਪਰ ਅਚਾਨਕ ਹੀ ਇੱਕ ਦਿਨ ਕੋਈ ਐਸੀ ਗੜਬੜ ਹੋ ਗਈ ਕਿ ਝਟਪਟ ਹੀ ਮਾਤਾ ਜੀ ਨੇ ਲਾਹੌਰ ਛੱਡਣ ਦੀ ਤਿਆਰੀ ਕਰ ਲਈ। ਮਾਤਾ ਜੀ ਦੀ ਹਾਲਤ ਇਸ ਵੇਲੇ ਤਰਸਯੋਗ ਸੀ। ਦਿੱਲੀ ਜਾ ਕੇ ਅਸੀਂ ਪਹਿਲਾਂ ਕੁਝ ਦਿਨ ਹੋਟਲ 'ਚ ਬਿਤਾਏ, ਫਿਰ ਇੱਕ ਮਕਾਨ ਕਿਰਾਏ 'ਤੇ ਲੈ ਕੇ ਰਹਿਣਾ ਸ਼ੁਰੂ ਕੀਤਾ। ਉੱਥੇ ਰਹਿੰਦਿਆਂ ਸਾਨੂੰ 2-3 ਮਹੀਨੇ ਹੋਏ ਸੀ ਕਿ ਐਸਾ ਵਾਕਿਆ ਹੋ ਗਿਆ ਜਿਸ ਕਰਕੇ ਸਾਨੂੰ ਦਿੱਲੀ ਵੀ ਛੱਡਣੀ ਪਈ। ਇੱਕ ਦਿਨ ਮਾਤਾ ਜੀ ਨੂੰ ਕਿਸੇ ਪੁਰਾਣੇ ਜਾਣੂ ਨੇ ਪਛਾਣ ਲਿਆ ਸੀ। ਮੈਨੂੰ ਤਾਂ ਹੀ ਇਹ ਇਲਮ ਹੋਇਆ ਜਦੋਂ ਰਾਤੋ ਰਾਤ ਮਾਤਾ ਜੀ ਨੇ ਮੂੰਹ 'ਤੇ ਤੇਜ਼ਾਬ ਛਿੜਕ ਲਿਆ, ਜਿਸ ਕਰਕੇ ਕੁਛ ਦਿਨ ਸਾਨੂੰ ਹਸਪਤਾਲ 'ਚ ਕੱਟਣੇ ਪਏ। ਹਸਪਤਾਲ 'ਚ ਰਹਿੰਦਿਆਂ ਇੱਕ ਦਿਨ ਮਾਤਾ ਜੀ ਨੇ ਬਿਨਾਂ ਕਿਸੇ ਬਿਮਾਰੀ ਤੋਂ ਦੋਵਾਂ ਬੀੜਾਂ ਦੇ ਅਗਲੇ 7-8 ਦੰਦ ਪਟਾ ਲਏ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੇਰੀ ਉਦੋਂ ਕੀ ਹਾਲਤ ਹੋਈ ਹੋਏਗੀ। ਇਹ ਤਾਂ ਮਾਤਾ ਜੀ ਦਾ ਹੁਲੀਆ ਹੀ ਇੰਨਾ ਸਖਤ ਡਰਾਉਣਾ ਹੋ ਗਿਆ ਕਿ ਇਸ ਨਾਲੋਂ ਵੀ ਡਰਾਉਣੇ ਸਨ ਉਹਨਾਂ ਦੇ ਖਿਆਲਾਂ। ਪਰ ਮੈਂ ਕੀ ਕਰਦੀ, ਉਸੇ ਹਸਪਤਾਲ ਵਿੱਚ ਇੱਕ ਦਿਨ ਮੇਰੇ ਪੁੱਛਣ ਤੋਂ ਬਿਨਾਂ ਹੀ ਮਾਤਾ ਜੀ ਨੇ ਆਪਣੀ ਜ਼ਿੰਦਗੀ ਦੇ ਸਾਰੇ ਗੁੱਝੇ ਭੇਦ ਮੇਰੇ ਅੱਗੇ ਖੋਲ੍ਹ ਦਿੱਤੇ। ਉਹਨਾਂ ਨੇ ਸਾਫ਼ ਦੱਸ ਦਿੱਤਾ ਕਿ ਉਹ ਨਾ ਕਿਸੇ ਦੀ ਨੌਕਰੀ ਵਿੱਚ ਹਨ ਅਤੇ ਨਾ ਕੁਝ ਹੋਰ। ਉਹ ਹੋਟਲਾਂ 'ਚ ਜਾ ਕੇ ਲੁਕਵੇਂ ਤਰੀਕਿਆਂ ਨਾਲ ਪੇਸ਼ਾ ਕਰਾਉਂਦੇ ਰਹੇ ਨੇ, ਪਰ ਹੁਣ ਉਹਨਾਂ ਇਸ ਕੰਮ ਤੋਂ ਤੌਬਾ ਕਰ ਲਈ ਹੈ।
ਇਹਦੀ ਵਜ੍ਹਾ ਜਦ ਮਾਤਾ ਜੀ ਨੇ ਮੈਨੂੰ ਦੱਸੀ ਸੁਣ ਕੇ ਮੇਰੇ ਤਨ ਬਦਨ ਨੂੰ ਅੱਗ ਲੱਗ ਗਈ ਅਤੇ ਉਹਨਾਂ ਦੀ ਕੰਮ ਅਕਲੀ ਉੱਤੇ ਮੇਰਾ ਦਿਲ ਰੋ ਉੱਠਿਆ ਅਤੇ ਸਮਾਜ ਵਸੋਂ ਬਦਲਾ ਰੱਖ ਲੈਣ ਦਾ ਇਹ ਇੰਨਾ ਜਲੀਲ ਤਰੀਕਾ ਉਹਨਾਂ ਅਖਤਿਆਰ ਕੀ ਕਰ ਲਿਆ ਸੀ ਦੂਜੇ ਦਾ ਮਕਾਨ ਸਾੜਨ ਲਈ ਆਪਣੇ ਕੱਪੜਿਆਂ ਨੂੰ ਅੱਗ ਲੈਣ ਵਾਲਾ ਬੋਲਦੀ ਬੋਲਦੀ ਸੀਤਾ ਝੱਟ ਕੁ ਰੁਕੀ ਅਤੇ ਫਿਰ ਕਹਿਣ ਲੱਗੀ ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਪਤਾ ਲੱਗਾ ਮੈਂ ਇੱਕ ਵੇਸਵਾ ਦੀ ਧੀ ਹੀ ਨਹੀਂ ਦੂਤਰੀ ਵੀ ਹਾਂ ਮਾਤਾ ਜੀ ਤੋਂ ਸ਼ੁਰੂ ਤੋਂ ਹੀ ਲੈ ਕੇ ਅਖੀਰ ਤੱਕ ਆਪਣੀ ਵਿਥਿਆ ਮੈਨੂੰ ਸੁਣਾਤੀ ਕੁਝ ਵੀ ਉਹਨਾਂ ਮੇਰੇ ਕੋਲੋਂ ਨਾ ਲੁਕਾਇਆ ਸਭ ਤੋਂ ਵੱਧ ਹੈਰਾਨੀ ਮੈਨੂੰ ਉਹਦੀ ਬੇਅਕਲੀ ਉੱਤੇ ਇੱਦਾਂ ਹੋਈ ਕਿ ਗੋਇਆ ਰੁਪਏ ਦੀ ਮਦਦ ਨਾਲ ਉਹ ਮੇਰੀ ਜ਼ਿੰਦਗੀ ਸਵਾਰ ਸਕਦੇ ਹਨ ਅਤੇ ਰੁਪਇਆ ਉਹਨਾਂ ਨੂੰ ਪੈਦਾ ਕਰਨਾ ਹੀ ਚਾਹੀਦਾ ਭਾਵੇਂ ਕਿਸੇ ਵੀ ਤਰੀਕੇ ਨਾਲ ਇਸ ਸਦਮੇ ਨੇ ਮੇਰਾ ਕੀ ਹਾਲ ਕਰ ਦਿੱਤਾ ਇਹੋ ਸਮਝ ਲਓ ਕਿ ਮੈਂ ਕਈ ਡੰਗ ਰੋਟੀ ਨਾ ਖਾਧੀ ਮਾਤਾ ਜੀ ਅਤੇ ਮੇਰੇ ਵਿਚਾਲੇ ਇੱਕ ਲੰਮਾ ਝਗੜਾ ਛਿੜ ਪਿਆ ਪਰ ਇਹਦਾ ਨਤੀਜਾ ਨਾ ਨਿਕਲ ਸਕਿਆ ਮਾਤਾ ਜੀ ਨੇ ਮੇਰਾ ਮੂੰਹ ਅਖੀਰ ਇਹ ਕਹਿ ਕੇ ਬੰਦ ਕਰ ਦਿੱਤਾ ਕਿ ਜੇ ਤੂੰ ਹੁਣ ਇੱਕ ਲਫ਼ਜ਼ ਵੀ ਇਸ ਬਾਰੇ ਮੂੰਹੋਂ ਕੱਢਿਆ ਤਾਂ ਮੈਂ ਆਪਣੀ ਛਾਤੀ 'ਚ ਛੁਰੀ ਮਾਰ ਲਵਾਂਗੀ ਉਦੋਂ ਤੋਂ ਮਾਤਾ ਜੀ ਨੇ ਆਪਣਾ ਅਤੇ ਮੇਰਾ ਨਾਮ ਬਦਲ ਦਿੱਤਾ ਨਾਲ ਹੀ ਮੈਨੂੰ ਇਹ ਵੀ ਸਮਝਾ ਦਿੱਤਾ ਕਿ ਅੱਗੋਂ ਲਈ ਮੈਨੂੰ ਆਪਣਾ ਸੰਬੰਧ ਇੱਕ ਬਹੁਤ ਵੱਡੇ ਖਾਨਦਾਨ ਅਤੇ ਮੁੱਢਲੀ ਰਿਹਾਇਸ਼ ਕੋਟੇ ਦੀ ਦੱਸਣੀ ਹੋਏਗੀ ਅਖੀਰ ਮਾਤਾ ਜੀ ਨੇ ਆਪ ਦੁਨੀਆ ਦੀਆਂ ਨਜ਼ਰਾਂ ਤੋਂ ਲੁਕਾਉਣ ਲਈ ਲਾਇਲਪੁਰ ਨੂੰ ਚੁਣਿਆ ਜਿੱਥੇ ਜਾ ਕੇ ਅਸੀਂ ਪਹਿਲਾਂ ਕੁਝ ਚਿਰ ਕਿਰਾਏ 'ਤੇ ਰਹੇ ਸਾਂ ਫਿਰ ਆਪਣਾ ਮਕਾਨ ਖਰੀਦ ਕੇ ਪੱਕੀ ਅਖਤਿਆਰ ਕਰ ਲਈ ਸੀ ਆਂਢ ਗੁਆਂਢ 'ਚ ਮਾਤਾ ਜੀ ਨੂੰ ਚੰਗਾ ਰਸੂਲ ਬਣਾ ਲਿਆ ਸੀ ਅਤੇ ਮੈਨੂੰ ਸਕੂਲ ਦਾਖਲ ਕਰਵਾ ਲਿਆ ਇਹ ਤੋਂ ਮਗਰੋਂ ਉਹਨਾਂ ਮੇਰੇ ਘਰ ਵਿੱਚ ਹੀ ਕਾਫੀ ਪੜ੍ਹਾਇਆ ਆਪਣੀ ਰਹਿਣੀ ਬਹਿਣੀ ਉਹਨਾਂ ਇੰਨੀ ਸ਼ਾਨਦਾਰ ਬਣਾ ਲਈ ਕਿ ਲੋਕ ਸਾਡੀ ਕਰੋੜਪਤੀ ਹੋਣ ਦੀ ਗੱਪ ਨੂੰ ਸੱਚ ਮੰਨਣ ਲੱਗ ਪਏ ਉਹਨਾਂ ਦਿਨਾਂ ਵਿੱਚ ਹੀ ਮੈਨੂੰ ਮਾਲੂਮ ਹੁੰਦਾ ਸੀ ਜਿਵੇਂ ਮਾਤਾ ਜੀ ਮੈਨੂੰ ਕਿਸੇ ਮੰਤਰ ਨਾਲ ਕੀਲ ਲਿਆ ਜੋ ਕੁਝ ਅਤੇ ਜਿਸ ਤਰ੍ਹਾਂ ਕਹਿੰਦੇ ਉੱਦਾਂ ਹੀ ਕਰਦੀ ਸੀ ਭਾਵੇਂ ਅੰਦਰੋਂ ਦਿਨ ਰਾਤ ਮੇਰਾ ਕਲੇਜਾ ਭੁੱਜਦਾ ਰਹਿੰਦਾ ਸੀ ਪਤਾ ਨਹੀਂ ਲਾਇਲਪੁਰ ਪਹੁੰਚ ਕੇ ਮਾਤਾ ਜੀ ਉੱਤੇ ਕਿਹੋ ਜਿਹਾ ਝੱਲ ਸਵਾਰ ਹੋ ਗਿਆ ਹਰ ਵੇਲੇ ਆਪਣੀ ਅਮੀਰੀ ਅਤੇ ਖਾਨਦਾਨੀ ਵਡਿੱਤਣ ਦੇ ਹੀ ਵਿਖਾਲੇ ਪਾਉਂਦੇ ਰਹਿੰਦੇ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਦਿਨੋਂ ਦਿਨ ਉਹ ਕੀ ਬਣਦੇ ਜਾ ਰਹੇ ਨੇ ਅਤੇ ਮੈਨੂੰ ਵੀ ਕੀ ਬਣਾਏ ਜਾਂਦੇ ਨੇ ਹਰ ਵੇਲੇ ਮੈਨੂੰ ਸਜਾਉਣ ਸ਼ਿੰਗਾਰਨ 'ਚੋਂ ਲੱਗੇ ਰਹਿੰਦੇ ਮੁਲੰਮੇ ਦੇ ਗਹਿਣੇ ਖਰੀਦ ਖਰੀਦ ਕੇ ਉਹਨਾਂ ਨੇ ਪਟਾਰੀਆਂ ਭਰ ਲਈਆਂ ਰੋਜ਼ ਹੀ ਮੈਨੂੰ ਪਹਿਨਣ ਲਈ ਮਜਬੂਰ ਕਰਦੇ ਮੈਂ ਜਦ ਉਹਨਾਂ ਨੂੰ ਪਹਿਨਦੀ ਤਾਂ ਵੇਖ ਕੇ ਮਾਤਾ ਜੀ ਜਿੰਨੇ ਖੁਸ਼ ਹੁੰਦੇ ਉਨਾ ਹੀ ਮੇਰਾ ਦਿਲ ਨਫ਼ਰਤ ਨਾਲ ਭਰ ਜਾਂਦਾ ਸੀ ਜਦੋਂ ਵੀ ਅਸੀਂ ਕਿਸੇ ਨੂੰ ਮਿਲਦੇ ਤਾਂ ਮਾਤਾ ਜੀ ਇਹੋ ਜਿਹੇ ਕਿਸੇ ਕਿੱਸੇ 'ਚ ਉਹ ਬਹਿੰਦੇ ਜਿਹੜੇ ਨਿਰੋਲ ਹੀ ਝੂਠ ਦੇ ਪਹਾੜ ਹੁੰਦੇ ਮੈਨੂੰ ਵੀ ਉਹਨਾਂ ਦੀ ਹਾਂ 'ਚ ਹਾਂ ਮਿਲਾਉਣੀ ਪੈਂਦੀ ਪਰ ਅੰਦਰੋਂ ਮੇਰਾ ਦਿਲ ਇਹੋ ਕਰਦਾ ਕਿ ਮੇਰੇ ਕੋਲ ਜੇ ਪਿਸਤੌਲ ਹੋਵੇ ਤਾਂ ਉਹਦੀ ਇੱਕ ਗੋਲੀ ਮਾਤਾ ਜੀ ਦੇ ਸੀਨੇ 'ਚ ਦਾਗ ਦਿਆਂ ਅਤੇ ਦੂਜੀ ਆਪਣੇ ਵਿੱਚ ਜਿਉਂ ਜਿਉਂ ਮਾਤਾ ਜੀ ਆਪਣਾ ਪਖੰਡ ਦਾ ਜਾਲ ਫੈਲਾਈ ਚਲੇ ਗਏ ਤਿਉਂ ਤਿਉਂ ਮੇਰੀ ਹਾਲਤ ਨਿਗਰਨੀ ਸ਼ੁਰੂ ਹੋ ਗਈ ਇਸੇ ਦਾ ਨਤੀਜਾ ਸੀ ਕਿ ਪਿਛਲੇ ਸਾਲ ਮੈਂ ਇਮਤਿਹਾਨ 'ਚੋਂ ਪਾਸ ਨਾ ਹੋ ਸਕੀ ਇਹ ਤੋਂ ਬਾਅਦ ਜੋ ਕੁਝ ਵੀ ਹੋਇਆ ਉਹ ਤਾਂ ਮਦਨ ਜੀ ਮੇਰਾ ਖਿਆਲ ਹੈ ਤੁਸੀਂ ਪਿਤਾ ਜੀ ਨੂੰ ਦੱਸ ਹੀ ਦਿੱਤਾ ਹੋਏਗਾ ਹਾਂ ਬੇਟਾ ਮੈਂ ਸੁਣ ਚੁੱਕਾ ਫਤਿਹ ਚੰਦ ਨੇ ਉੱਤਰ ਦਿੱਤਾ ਮਦਨ ਨੇ ਠੰਡਾ ਸਾਹ ਭਰਿਆ ਕਿੰਨਾ ਜ਼ਬਰਦਸਤ ਘੋਲ ਹੈ ਜ਼ਿੰਦਗੀ ਨਾਲ ਸੀਤਾ ਮਦਨ ਬੋਲਿਆ ਤੂੰ ਮਨੁੱਖਤਾ ਦੀ ਜਿਸ ਬੁਲੰਦੀ ਉੱਤੇ ਅੱਜ ਜਾ ਪਹੁੰਚੀ ਹੈ ਇਸ 'ਤੇ ਮੇਰਾ ਖਿਆਲ ਹੈ ਵੱਡੀ ਤੋਂ ਵੱਡੀ ਹਸਤੀ ਦੇ ਪੈਰ ਵੀ ਡਗਮਗਾ ਜਾਂਦੇ ਤੂੰ ਸੱਚਮੁੱਚ ਪੂਜਣ ਯੋਗ ਹੈ ਸੀਤਾ ਮਲਕ ਜੀ ਦੇ ਦਿਲ ਨੂੰ ਮਦਨ ਦੀਆਂ ਇਹਨਾਂ ਗੱਲਾਂ ਨੇ ਇੱਕ ਸੁਖਾਵੀਂ ਜੀ ਠੰਡਕ ਪਹੁੰਚਾਈ ਅਤੇ ਉਹ ਇੱਕ ਐਸੀ ਨਜ਼ਰੇ ਦੋਹਾਂ ਵੱਲ ਤੱਕੇ ਜਿਹਦੀ ਅਰਥ ਡੂੰਘੇ ਹੋਣ 'ਤੇ ਵੀ ਸਪਸ਼ਟ ਸਨ ਪ੍ਰਤਿਮਾ ਪ੍ਰਭਾ ਦੇਵੀ ਦੀਆਂ ਅੱਖਾਂ ਤੋਂ ਪਪੋਟਿਆਂ ਨੇ ਸਹਿਜੇ ਸਹਿਜੇ ਉੱਠਣਾ ਸ਼ੁਰੂ ਕੀਤਾ ਅਤੇ ਹੇਠੋਂ ਪੁਤਲੀਆਂ ਇੱਧਰ ਉੱਧਰ ਥਿਰਕੀਆਂ ਤਿੰਨੇ ਗਾਂਹ ਹੋ ਕੇ ਉਸ ਉੱਤੇ ਝੁੱਕ ਪਏ ਮਲਕ ਜੀ ਦੇ ਮੂੰਹੋਂ ਦੋ ਵਾਰੀ ਪ੍ਰਤਿਮਾ ਸੁਣ ਕੇ ਉਹਦੀਆਂ ਅੱਖਾਂ ਕੁਝ ਚੌੜੀਆਂ ਹੋਣ ਲੱਗੀਆਂ ਮਾਤਾ ਜੀ ਸੀਤਾ ਪੁਕਾਰੇ ਤੁਸੀਂ ਇਹਨਾਂ ਨੂੰ ਪਛਾਣਿਆ ਨਹੀਂ ਪਿਤਾ ਜੀ ਪਰ ਪ੍ਰਤਿਮਾ ਨੇ ਕਿਸੇ ਨੂੰ ਵੀ ਸ਼ਾਇਦ ਨਹੀਂ ਪਛਾਣਿਆ ਪੇੜ ਨੂੰ ਮਹਿਸੂਸ ਕਰਦਿਆਂ ਉਹਨੇ ਉੱਪਰੋਂ ਥੱਲੀ ਦੋ ਚਾਰ ਕਸੀਸਾਂ ਵੱਟੀਆਂ ਫਿਰ ਬਾਂਹ ਹਿਲਾਈਆਂ ਫਿਰ ਅੱਖਾਂ ਬੰਦ ਕਰ ਲਈਆਂ ਉਹਦਾ ਸਵਾਸ ਉੱਖੜ ਕੇ ਚੱਲ ਰਿਹਾ ਸੀ ਮਲਕ ਜੀ ਦੇ ਹੱਥ ਵਿੱਚ ਰੋਗਣ ਦੀ ਨਬਜ਼ ਫੜੀ ਹੋਈ ਸੀ ਉਹ ਬੋਲੇ ਸੀਤਾ ਹੁਣ ਨਾ ਬੁਲਾ ਬੇਟਾ ਇਹਨੂੰ ਤੇਰੀ ਬਸ ਇੰਨੀ ਹੀ ਸਾਂਝ ਸੀ ਇਸ ਨਾਲ ਧੰਨਵਾਦ